ਵਾਹਿ ਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਸੰਤ ਮਹਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਿਬੇੜੇ ਰਾਜ ਰਾਜ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਿਬੇੜੇ ਰਾਜ ਰਾਜ ਗੁਰਮਤ ਊਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰਿ ਆਪ ਤੁਲਾਏ ਅਤੁਲ ਤੋਲ ਰਹਾਉ ਗੁਰ ਚਰਨ ਸਰੇਵੈ ਗੁਰਸਿੱਖ ਤੋਰ ਗੁਰਸੇਵ ਤਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰਸੇਵ ਨਾ ਪਾਈ ਸੇ ਚੋਰ ਚੋਰ ਗੁਰ ਤੁੱਠਾ ਬਖਸ਼ੇ ਭਗਤ ਪਾਉ ਗੁਰ ਤੁੱਠੈ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਪਾਗ ਗੁਰਮੇਲ ਮਿਲਾਵੈ ਕਰੇ ਦਾਤ ਗੁਰਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਵਿਰਲੇ ਕੇ ਗੁਰਮੇਲ ਮਿਲਾਵੈ ਕਰੇ ਦਾਤ ਗੁਰਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਵਿਰਲੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਟਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ ਹੁਣ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ ਲੜੀਵਾਰ ਜੋ ਸ਼ਾਮ ਦੇ ਸਮੇਂ ਰਾਗ ਬਸੰਤ ਦੇ ਉਪਦੇਸ਼ ਗੁਰੂ ਨਾਨਕ ਮਹਾਰਾਜ ਦੁਆਰਾ ਉਚਰਿਤ ਕੀਤੀ ਗਈ ਪਾਵਨ ਬਾਣੀ ਅਸੀਂ ਵਿਚਾਰਦੇ ਹਾਂ ਆਪ ਜੀ ਨੇ ਅਗਲੇਰਾ ਸ਼ਬਦ ਸਰਵਨ ਕੀਤਾ ਹੈ
ਜੋ ਇਸ ਪਾਵਨ ਬਚਨ 'ਚ ਗੁਰਦੇਵ ਸਾਨੂੰ ਗੁਰਮਤਿ ਦੀ ਦਾਤ ਬਖਸ਼ਦੇ ਨੇ ਉਹਦੀ ਅਸੀਂ ਵਿਵੇਚਨਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਹਿਬ ਬਿਆਨ ਕਰਦੇ, ਮਤ ਬਿਸਰਸ ਰੇ ਮਨ ਰਾਮ ਬੋਲ, ਅਪਰੰਪਰ ਅਗਮ ਅਗੋਚਰ ਗੁਰਮੁਖ, ਹਰੇ ਆਪ ਤੁਲਾਏ ਅਤੁਲ ਤੋਲ ਰਹਾਉ। ਮਤ ਬਿਸਰਸ ਰੇ ਮਨ ਰਾਮ ਬੋਲ। ਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਇੱਕ ਵਾਰ ਨਹੀਂ ਅਨੇਕ ਵਾਰ ਦੁਹਰਾ ਦੁਹਰਾ ਕੇ ਕਹਿੰਦੇ ਨੇ, ਹੇ ਮਨਾ ਮਤੇ ਤੈਨੂੰ ਸਤਨਾਮ ਸ਼੍ਰੀ ਵਾਹਿਗੁਰੂ ਭੁੱਲ ਜਾਏ, ਤੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਤਸੱਵਰ ਭੁੱਲ ਜਾਏ, ਤੈਨੂੰ ਤੇਰਾ ਅਸਲ ਵਜੂਦ ਭੁੱਲ ਜਾਏ, ਇਹ ਸਮਾਂ ਨਾ ਆਵੇ ਕਦੀ ਵੀ। ਅਸੀਂ ਬਾਣੀ 'ਚ ਨਿਤਨੇਮ ਦੀ ਬਾਣੀ 'ਚ ਰੋਜ਼ ਪੜ੍ਹਦੇ ਹਾਂ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮੂੜ ਮਨਾ, ਹੇ ਮੂਰਖ ਮਨਾ, ਤੂੰ ਹਰੀ ਨੂੰ ਵਸਾਰ, ਇੰਨਾ ਕਰਨ ਦੇ ਨਾਲ ਹੀ ਤੇਰੇ ਸਾਰਾ ਕੁਛ, ਤੇਰਾ ਵਜੂਦ ਗਲ ਜਾਏਗਾ। ਕਿਉਂਕਿ ਇਹ ਪੋਸੀਬਿਲਿਟੀ ਹੈ, ਜਿਵੇਂ ਹੀ ਅਸੀਂ ਆਪਣੇ ਆਪੇ ਤੋਂ ਦੂਰ ਹੋਵਾਂਗੇ, ਆਪਣੇ ਅਸਲੇ ਤੋਂ ਟੁੱਟਾਂਗੇ, ਜੀਵਨ ਖਿੰਡ ਜਾਏਗਾ, ਖਿਰ ਜਾਏਗਾ, ਬਿਖਰ ਜਾਏਗਾ। ਗੁਰੂ ਬਾਬਾ ਜੀ ਇਸੇ ਕਰਕੇ ਬਿਆਨ ਕਰਦੇ, ਮਨ ਨੂੰ ਖਾਸ ਕਰਕੇ ਮਨ ਨੂੰ ਆਵਾਜ਼ ਦੇ ਕੇ, ਮਨਾ ਤੈਨੂੰ ਵਾਹਿਗੁਰੂ ਦਾ ਅਹਿਸਾਸ ਰਹੇ ਹਰ ਵਕਤ। ਸ਼ਬਦਾਂ ਦੇ ਸ਼ਬਦ ਬਾਣੀ 'ਚ ਮੌਜੂਦ ਨੇ, ਅੱਜ ਬਚਨ ਕਿਹਾ ਦੀ ਵਿਆਖਿਆ ਕਰਦਾ ਦੋ ਪਲ ਲਈ, ਜੋ ਪ੍ਰਮਾਣ ਰੂਪ ਦੇ ਵਿੱਚ ਹੋਰ ਬਚਨ ਪੜ੍ਹੀਏ, ਹੁਕਮਨਾਮੇ ਦਾ ਵਾਕ ਪੜ੍ਹਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਹਰੀ ਨੂੰ ਵਿਸਾਰ, ਜੀਵਨ ਸਦੀਵ ਕਾਲੀ ਖੁਆਰੀ ਦਾ ਕਾਰਨ ਬਣ ਜਾਏਗਾ। ਇਸ ਰੂਪ 'ਚ ਸਮਝ ਲਈਏ ਕਿ ਆਪੇ ਆਪੇ ਨੂੰ ਰਿਲਾਈਜ਼ ਕਰਾਉਣਾ, ਆਪਣੇ ਆਪੇ ਨੂੰ ਵਾਰ ਵਾਰ ਅਹਿਸਾਸਣਾ, ਇਹੀ ਸਿਮਰਨ ਆ, ਇਹੀ ਅਸਲ ਰੂਪ ਦੇ ਸਾਡੀ ਜੀਵਨ ਦੀ ਅਧਿਆਤਮਕਤਾ ਦੀ ਐਕਸਰਸਾਈਜ਼ ਆ। ਚਲੋ ਬਾਤ ਕਈ ਵਾਰੀ ਥੋੜ੍ਹੀ ਦਾਰਸ਼ਨਿਕ ਤਰੀਕੇ ਦੇ ਵਿੱਚ ਫਿਲੋਸਫੀਕਲ ਸਾਈਡ ਤੋਂ ਭਾਰੀ ਲੱਗਦੀ ਹੈ। ਜੇ ਬਾਣੀ 'ਚੋਂ ਕੁਝ ਪ੍ਰਮਾਣ ਲੈ ਕੇ ਕਹਾਣੀ ਨੁਮਾ ਰੂਪ, ਸਾਖੀ ਰੂਪ ਵਿੱਚ ਬਾਤ ਕੀਤੀ ਜਾਏ ਤਾਂ ਜ਼ਿਆਦਾ ਪਕੜ 'ਚ ਆਉਂਦੀ ਹੈ। ਗੁਰੂ ਪਾਤਸ਼ਾਹ ਦੀ ਬਾਣੀ 'ਚ ਭਗਤ ਸਾਹਿਬਾਨ ਜੀ ਦਾ ਸ਼ਬਦ ਆ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰੁਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਕਿਆ ਹਰ ਬਿਸਰਤ ਸਦਾ ਖੁਆਰੀ, ਜਦੋਂ ਹਰੀ ਨੂੰ ਵਿਸਾਰਿਆ ਜੀਵਨ ਖੁਆਰ ਹੋ ਗਿਆ। ਕਿਵੇਂ ਖੁਆਰ ਹੋ ਗਿਆ? ਬਾਬਾ ਜੀ ਕਹਿੰਦੇ ਭਰਮ ਦੀ ਦਸ਼ਾ ਆ। ਭਰਮ ਦੀ ਦਸ਼ਾ ਦੇ ਵਿੱਚ ਜੋ ਬੰਦੇ ਦੇ ਕੋਲ ਆ, ਮੌਜੂਦ ਆ, ਉਹਦੇ ਤੋਂ ਬੰਦਾ ਟੁੱਟ ਗਿਆ। ਕੋਲ ਹੁੰਦਿਆਂ ਹੋਇਆਂ ਵੀ ਉਹ ਚੀਜ਼ ਵਿਸਰ ਗਈ, ਸਮਝੋ ਜੀਵਨ ਖੁਆਰੀ ਵਾਲੇ ਪਾਸੇ ਤੁਰ ਪਿਆ। ਕਿਹਾ ਨਰਪਤ ਏਕ ਸਿੰਘਾਸਨ ਸੋਇਆ, ਨਰਪਤ ਰਾਜਾ ਨਰਾਂ ਦਾ ਪਤੀ, ਆਪਣੇ ਸਿੰਘਾਸਨ 'ਤੇ ਬੈਠੇ ਬੈਠੇ ਦੀ ਅੱਖ ਲੱਗ ਗਈ। ਸੁਪਨੇ ਭਇਆ ਭਿਖਾਰੀ, ਖਾਬ ਵਿੱਚ ਚਲਾ ਗਿਆ। ਖਾਬ ਦੇ ਅੰਦਰ ਕੀ ਅਹਿਸਾਸ ਹੋਇਆ? ਰਾਜ ਭਾਗ ਨਹੀਂ ਰਿਹਾ, ਸਭ ਖਤਮ ਹੋ ਗਿਆ, ਸਭ ਕੁਛ ਮੁੱਕ ਗਿਆ। ਇਹ ਸਾਰੇ ਦਾ ਤਸੱਵਰ ਕਰਦਿਆਂ ਕਰਦਿਆਂ
ਭਿਖਾਰੀ ਬਣ ਗਿਆ ਵਾਂ, ਹੱਥ 'ਚ ਕਟੋਰਾ ਫੜਿਆ, ਮੰਗਦਾ ਫਿਰਦਾ ਹਾਂ, ਰੁਦਨ ਕਰਨ ਲੱਗ ਗਿਆ, ਕਲਪਣ ਲੱਗ ਗਿਆ, ਹੈਗਾ ਸਿੰਘਾਸਣ 'ਤੇ, ਆਸਣ 'ਤੇ ਬੈਠਾ, ਹੈਗਾ ਵੀ ਰਾਜਾ, ਪਰ ਹਾਲਤ ਕੀ ਬਣੀ? ਨੀਂਦ ਦੀ ਅਵਸਥਾ ਦੇ ਵਿੱਚ, ਰੁਦਨ ਦੀ ਅਵਸਥਾ ਆ, ਵਿਲਕਣ ਦੀ ਅਵਸਥਾ ਆ। ਸਾਡੇ ਬਹੁਤਿਆਂ ਦਾ ਸੰਸਾਰੀ ਤੌਰ 'ਤੇ ਦੁੱਖ, ਤਕਲੀਫ, ਪੀੜਾ, ਵੇਦਨ, ਸ਼ਿਕਾਇਤਾਂ, ਇਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਇਹੀ ਖੁਆਰੀ ਹੈ, ਇਹੀ ਅਸਲ ਦੇ ਵਿੱਚ ਆਪਣੇ ਵਜੂਦ ਤੋਂ ਟੁੱਟਿਆ ਹੋਇਆ ਬੰਦਾ, ਮਤਲਬ ਜੋ ਨਾ ਕੁਝ ਗਿਆ, ਨਾ ਕੁਝ ਗਵਾਚਿਆ, ਨਾ ਜੇ ਸਹੀ ਰੂਪੇ ਦੇਖਿਆ ਜਾਏ ਮੈਂ ਕਿਹੜੀ ਚੀਜ਼ ਨੂੰ ਓਨ ਕਰਦਾ ਇੱਥੇ ਧਰਤੀ ਦੇ ਉੱਤੇ? ਕੁਛ ਵੀ ਨਹੀਂ। ਆ ਤਨ ਵੀ ਮੇਰਾ ਨਹੀਂ ਗਾ, ਫਿਰ ਇਸ ਮੇਰ ਦੇ ਵਿੱਚ ਮੈਂ ਕਿਉਂ ਕਲਪ ਰਿਹਾ? ਆਹੀ ਅਸਲ 'ਚ ਸੱਚ ਵਿਸਰ ਗਿਆ ਸਾਨੂੰ, ਇਹ ਯਾਦ ਨਹੀਂ ਆਉਂਦਾ, ਚਾਹ ਕੇ ਵੀ ਯਾਦ ਨਹੀਂ ਆਉਂਦਾ। ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਮੇਰੇ ਵੀ ਖਿਆਲ 'ਚ ਇਹ ਚੀਜ਼ ਨਹੀਂ ਵੱਸਦੀ, ਤੁਸੀਂ ਸੁਣ ਰਹੇ ਹੋ ਤੁਹਾਡੇ 'ਚ ਵੀ ਨਹੀਂ ਵੱਸਦੀ। ਇਹੀ ਭਰਮ ਹੈ। ਮਾਧਵੇ ਕਿਆ ਕਹੀਐ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਮੰਨ ਕੇ ਬੈਠਾ ਉਹ ਹੈ ਨਹੀਂ, ਪਰ ਗਜਬ ਆ, ਫਿਰ ਮੰਨਣ 'ਤੇ ਨਹੀਂ ਆਉਂਦੀ ਬਾਤ। ਕਹਾਣੀ ਨੂੰ ਮੈਂ ਬਾਤ ਕਹਿ ਕੇ ਫਿਰ ਬਚਨ 'ਤੇ ਵਾਪਸ ਆ ਜਾਂਦਾ ਵਾਂ। ਮੈਂ ਤਾਂ ਲੰਮੀ ਚੌੜੀ ਟੂਕ ਮਾਤਰ ਹੀ ਬਿਆਨ ਕਰਾਂ। ਮੁਕਤਸਰ ਇੱਕ ਰਾਜੇ ਦਾ ਪੁੱਤਰ ਹੈ, ਉਹ ਰਾਜੇ ਨੂੰ ਪਿਛਲੇਰੀ ਉਮਰ 'ਚ ਮਿਲਿਆ। ਹੁਣ ਡੈਫੀਨੇਟਲੀ ਜਿਹੜਾ ਅਸੀਂ ਪਹਿਲਾ ਬਚਨ ਪੜ੍ਹ ਰਹੇ ਨਾ, ਪੰਕਜ ਮੋਹ ਪਗ ਨਹੀਂ ਚਾਲੈ। ਪੰਕਜ ਕਹਿੰਦੇ ਨੇ ਗਾਬ ਨੂੰ, ਦਲਦਲ ਨੂੰ, ਸਵੈਂਪ ਜਿੱਥੇ ਹੁੰਦੇ ਨੇ, ਗਾਰਾ ਮੱਢ, ਬੜਾ ਕਹਿ ਲਓ ਕਿ ਗਲੂਈ ਮੱਢ ਉਸ ਰੂਪ ਦੇ ਵਿੱਚ। ਉਹਦੇ ਵਿੱਚ ਕਦਮ ਪਾ ਦਿਓ ਅਤੇ ਕਦਮ ਇੱਕ ਵੀ ਅੱਗੇ ਨਾ ਪੁੱਟਿਆ ਜਾਏ, ਬਲਕਿ ਪੁੱਟਣ ਦੀ ਕੋਸ਼ਿਸ਼ ਵੀ ਕਰੋ ਅਤੇ ਹੋਰ ਧੱਸਦੇ ਲੱਗੇ ਜਾਓ। ਇਹ ਸੰਸਾਰ ਇਹ ਹੈ, ਪੰਕਜ ਮੋਹ ਪਗ ਨਹੀਂ ਚੱਲ, ਇਹਦੇ 'ਚੋਂ ਨਿਕਲਣਾ, ਅੱਗੇ ਤੁਰਨਾ, ਇਹਦੇ 'ਚੋਂ ਬਾਹਰ ਆਉਣਾ ਬੜਾ ਔਖਾ ਹੈ। ਇਹੀ ਪੰਕਜ, ਇਹੀ ਗਾਬ ਆਪਣੇ ਕਲਾਵੇ 'ਚ ਲੈ ਕੇ ਸਾਨੂੰ ਗਾਲ ਕੇ ਸਵਾਹ ਕਰ ਦਿੰਦੀ ਉਹਦੇ ਅੰਦਰ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀ, ਰਾਜੇ ਦੇ ਘਰ ਪਛਲੇਰੀ ਉਮਰ 'ਚ ਪੁੱਤਰ ਆਇਆ ਹੈ, ਮੋਹ ਬੜਾ ਉਹਦੇ ਨਾਲ, ਸੁਨੇਹ ਬੜਾ, ਇਤਨਾ ਕੁ ਮੋਹ ਆ ਕਿ ਹਰ ਗੱਲ ਉਹਦੀ ਮੰਨਦਾ। ਉਹ ਕਹਿੰਦਾ ਮੈਂ ਸਕੂਲ ਨਹੀਂ ਜਾਣਾ, ਅਤੇ ਉਹ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋਇਆ? ਬੜਾ ਉਹਦੀ ਹਰ ਵਕਤ ਉਹਨੂੰ ਫੁੱਲ ਦਿੰਦਾ, ਖੁਸ਼ੀਆਂ ਦਿੰਦਾ, ਚਾਹ ਦਿੰਦਾ, ਵੀ ਬਸ ਇਹਨੂੰ ਹਾਸੇ ਹੀ ਦੇਣੇ ਨੇ। ਜਿਹੜਾ ਤਾਪ ਸੰਤਾਪ ਆ, ਇਹ ਜੀਵਨ ਦਾ ਮੂਲ ਆ। ਈਵਨ ਅਸੀਂ ਕੋਈ ਵੀ ਨਹੀਂ ਚਾਹੁੰਦਾ ਕਦੀ ਮੈਨੂੰ ਬੁਖਾਰ ਚੜ੍ਹੇ, ਨਜ਼ਲਾ ਹੋਏ, ਜ਼ੁਕਾਮ ਹੋਏ, ਠੰਡ ਲੱਗੇ, ਬਿਮਾਰ ਸ਼ਮਾਰ, ਕੌਣ ਚਾਹੁੰਦਾ ਆ? ਬੱਚਿਆਂ ਨੂੰ ਤਾਂ ਬਿਲਕੁਲ ਨਹੀਂ ਚਾਹੁੰਦੇ ਅਸੀਂ। ਹਾਲਾਂਕਿ ਐਜ਼ ਏ ਕਾਉਂਸਲਰ ਕਹਿ ਲਵੋ, ਜਦੋਂ ਅਸੀਂ ਮੈਂਟਲ ਹੈਲਥ ਦੇ ਸਾਈਡ 'ਤੇ ਪ੍ਰੋਫੈਸ਼ਨਲ ਅਪਰੋਚ ਅਡੋਪਟ ਕਰਦੇ ਹਾਂ, ਤਾਂ ਉਹ 'ਚ ਪਤਾ ਲੱਗਦਾ ਬੱਚਿਆਂ ਦਾ ਬਿਮਾਰ ਹੋਣਾ ਬੜਾ ਜ਼ਰੂਰੀ ਹੈ। ਵਕਤਨ ਬਾ ਵਕਤਨ ਉਹਨਾਂ ਨੂੰ ਨਜ਼ਲਾ, ਜ਼ੁਕਾਮ, ਫਲੂ ਹੋਣਾ ਬੜਾ ਜ਼ਰੂਰੀ ਹੈ, ਸਿੱਕ ਹੋਣਾ ਬੜਾ ਜ਼ਰੂਰੀ ਹੈ। ਉਹਦੇ ਮਲਟੀਪਲ ਬੈਨੀਫਿਟਸ ਨੇ, ਉਹਨਾਂ ਦੀ ਇਮਿਊਨਿਟੀ ਚੈੱਕ ਹੁੰਦੀ ਹੈ, ਉਹਨਾਂ ਦੀ ਇਮਿਊਨਿਟੀ ਦੇ ਵਿੱਚ ਆ ਰਹੇ ਆਲੇ ਦੁਆਲੇ ਤੋਂ ਬੈਕਟੀਰੀਆ, ਵਾਇਰਸ, ਉਹਨਾਂ ਨਾਲ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਟੋਪ ਆਫ ਦੈਟ, ਜਿਹੜਾ ਬੱਚਾ ਕਦੀ ਬਿਮਾਰ ਸ਼ਮਾਰ ਨਹੀਂ ਹੋਇਆ, ਜਿਹਨੂੰ ਕਦੀ ਨਜ਼ਲਾ ਜ਼ੁਕਾਮ ਨਹੀਂ ਹੋਇਆ, ਕਦੀ ਸਿਰ ਨਹੀਂ ਦੁਖਿਆ, ਜੇ ਕਿਤੇ ਸਾਲਾਂ ਬਾਅਦ ਕਿਤੇ ਇਹੋ ਜਿਹੀ ਕੋਈ ਬਾਤ ਬਣੀ, ਉਹਨੂੰ ਪਤਾ ਹੀ ਨਹੀਂ ਉਹਦੇ ਨਾਲ ਕੋਪ ਕਿਵੇਂ ਕਰਨਾ, ਉਹਦੇ ਨਾਲ ਕਿਵੇਂ ਕੋਪ ਕਰਨਾ ਹੈਗਾ, ਉਹਨੂੰ ਕੋਈ ਪਤਾ ਨਹੀਂ। ਉਹਨੂੰ ਤਾਂ ਲੱਗਦਾ ਵੀ ਆਹ ਕੀ ਬਣ ਗਿਆ। ਹਾਂ, ਜੇ ਚੀਜ਼ਾਂ ਚੱਲਦੀਆਂ ਰਹਿਣ ਵਿੱਚ ਵਿਚਾਲੇ, ਸਿੱਖਦਾ ਰਹਿੰਦਾ, ਸਿੱਖ ਕੇ ਉਸ ਚੀਜ਼ ਦੇ ਨਾਲ ਨਾਲ ਚੱਲੀ ਜਾਂਦਾ। ਇਹ ਬੜਾ ਜ਼ਰੂਰੀ ਹੈ, ਇਹ ਥੋੜ੍ਹਾ ਇੱਕ ਜੀਵਨ। ਇਸੇ ਕਰਕੇ ਜਿਹਨਾਂ ਮੁਲਕਾਂ ਦੇ ਮੁਬਾਲਿਕ ਦੇ ਅੰਦਰ ਬਹੁਤ ਜ਼ਿਆਦਾ
ਆਲੇ ਦੁਆਲੇ ਬੈਕਟੀਰੀਆ ਹੁੰਦਾ ਆ, ਜਿਵੇਂ ਸਪੋਜ਼ ਕਰੋ ਅਸੀਂ ਜਿਸ ਵੈਦਰ 'ਚੋਂ ਆਏ ਹਾਂ, ਟ੍ਰੋਪੀਕਲ ਵੈਦਰ ਹੈ, ਡਰਾਈ ਸੋਇਲ ਹੈ ਸਾਰੇ ਦੀ ਸਾਰੀ, ਬੱਚੇ ਮਿੱਟੀ 'ਚ ਖੇਡਦੇ, ਮਿੱਟੀ ਖਾਂਦੇ, ਮਿੱਟੀ 'ਚ ਰਹਿੰਦੇ, ਉਹਨਾਂ ਦੀ ਇਮਿਊਨਿਟੀ ਬੜੀ ਸਟਰੋਂਗ ਹੋ ਜਾਂਦੀ, ਉਹਨਾਂ ਦੀ ਉਹਦੇ ਨਾਲ ਹੀ ਕੋਗਨੀਸ਼ਨ ਫੰਕਸ਼ਨ ਵੀ ਬੈਟਰ ਹੋ ਜਾਂਦੀ, ਉਹ ਸਟਰੀਟ ਸਮਾਰਟ ਜ਼ਿਆਦਾ ਹੁੰਦੇ, ਇਹ ਸਾਰੀਆਂ ਚੀਜ਼ਾਂ ਉਹਦੇ 'ਚੋਂ ਨਿਕਲ ਕੇ ਆਉਂਦੀਆਂ ਜਿਹੜੇ ਅਸੀਂ ਇਸ ਮੁਲਕ 'ਚ ਰਹਿ ਰਹੇ ਹੈਗੇ ਹਾਂ। ਇੱਥੇ ਸਾਡੀ ਇਮਿਊਨਿਟੀ ਲਗਾਤਾਰ ਲੋਅਰ ਲੈਵਲ 'ਤੇ ਆਈ ਜਾਂਦੀ। ਈਵਨ ਮੈਨੂੰ ਗਾਲਬਨ ਹੁਣ ਤਾਂ ਬਹੁਤ ਵਰੇ ਹੋ ਗਏ, ਇੱਥੇ ਕਹਿ ਲਾਂ ਕਿ ਅਰਾਊਂਡ ਜਿਹੜਾ ਹੈਗਾ 2 ਦਰਜਨ ਸਾਲ ਲੰਘ ਜਾਣੇ ਨੇ ਬੜੀ ਜਲਦੀ ਇਸ ਰੂਪ ਦੇ 'ਚ ਇਸ ਮੋਬਾਲਿਕ 'ਚ ਰਹਿੰਦਿਆਂ ਹੋਇਆਂ। ਅਤੇ ਉਹਦੇ ਅੰਦਰ ਹੋਇਆ ਇਹ ਹੈ ਕਿ ਜਿਹੜੀ ਮਤਲਬ ਹੈਬੀਟੈਟ ਬੀ ਦੀ ਜਾਂ ਹੋਰ ਇਮਿਊਨਿਟੀ ਖਤਮ ਹੋ ਗਈ ਬਿਲਕੁਲ, ਡਨ, ਇੰਜੈਕਸ਼ਨ ਲੈਣੇ ਪੈਂਦੇ ਉਹਦੇ, ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਕੀ ਹੈ ਕਿ ਇਹਦੇ ਨਾਲ ਸਾਡੇ ਅੰਦਰ ਲੜਨ ਦੀ ਐਬਿਲਿਟੀ ਜਿਹੜੀ ਹੈ ਰੋਗਾਂ ਬਿਮਾਰੀਆਂ ਨੂੰ ਘੱਟਦੀ ਲੱਗੀ ਜਾਂਦੀ, ਕਿਉਂਕਿ ਉਹੋ ਜਿਹਾ ਐਕਸਪੋਜ਼ਰ ਹੀ ਨਹੀਂ ਚਾਰ ਚੁਪੇਰੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਬੱਚੇ ਦਾ ਬਿਮਾਰ ਸ਼ੁਮਾਰ ਹੋਣਾ ਬੜਾ ਜ਼ਰੂਰੀ ਹੈ, ਬੜਾ ਲਾਜ਼ਮੀ ਹੈ, ਹੋਣਾ ਚਾਹੀਦਾ। ਕੁਦਰਤ ਦੇ ਬਣੇ ਦਸਤੂਰ ਨੂੰ ਕੋਈ ਕਿਵੇਂ ਤੋੜ ਸਕਦਾ? ਉਹਦੇ ਨਾਲ ਉਹਨਾਂ ਦੀ ਕੋਗਨੀਸ਼ਨ ਫੰਕਸ਼ਨਿੰਗ ਬੈਟਰ ਹੁੰਦੀ ਹੈ, ਉਹਨਾਂ ਉਹਦੇ ਨਾਲ ਉਹਦੀ ਮੈਂਟਲ ਹੈਲਥ ਬੈਟਰ ਹੁੰਦੀ ਹੈ, ਉਹਦੇ ਨਾਲ ਉਹਨਾਂ ਨੂੰ ਜਿਹੜੀ ਫਰਸਟ੍ਰੇਸ਼ਨ ਆ, ਜਦੋਂ ਕੋਈ ਬਿਮਾਰ ਸ਼ੁਮਾਰ ਹੁੰਦਾ ਫਰਸਟ੍ਰੇਸ਼ਨ ਚੜ੍ਹਦੀ, ਉਹਦੇ ਨਾਲ ਡੀਲ ਕਰਨਾ ਆ ਜਾਂਦਾ, ਇਹ ਸੌਖਾ ਹੋ ਜਾਂਦਾ ਸਾਰਾ ਕੁਛ। ਖੈਰ ਟੂਕਮਾ ਤੇੜੀ ਬੇਨਤੀ ਕਰ ਰਿਹਾ ਸੀਗਾ, ਇਹ ਰਾਜਾ ਆਪਣੇ ਪੁੱਤ ਨੂੰ ਬਿਲਕੁਲ ਕੋਈ ਤੱਤੀ ਵਾਰ ਨਹੀਂ ਲੱਗਣ ਦੇਣਾ ਚਾਹੁੰਦਾ, ਹਰ ਵਕਤ ਉਹਨੂੰ ਬਚਾਅ ਬਚਾ ਕੇ ਰੱਖਦਾ, ਜਿੰਨਾ ਬਚਾਅ ਬਚਾ ਕੇ ਰੱਖੇਗਾ ਅਲਟੀਮੇਟਲੀ ਉਹ ਜ਼ਿਆਦਾ ਵਲਨਰੇਬਲ ਹੋਏਗਾ। ਆਖਿਰਕਾਰ ਇੱਕ ਦਿਨ ਕੋ ਐਸਾ ਹੋਇਆ ਕਿ ਉਹ ਬਿਮਾਰ ਹੋ ਗਿਆ, ਬਿਮਾਰ ਹੋ ਗਿਆ ਅਤੇ ਬੁਖਾਰ ਬੜਾ ਚੜ੍ਹ ਗਿਆ, ਕਦੀ ਬੁਖਾਰ ਚੜ੍ਹਿਆ ਨਹੀਂ ਪਹਿਲਾਂ, ਕਦੀ ਚੜ੍ਹਨ ਨਹੀਂ ਦਿੱਤਾ ਉਹਨੂੰ ਵੀ ਨਹੀਂ ਪਤਾ, ਉਹ ਬੜਾ ਪਰੇਸ਼ਾਨ ਹੈ, ਬੜਾ ਆਵਾਜ਼ ਆ ਰਿਹਾ ਬੁਖਾਰ ਦੇ ਵਿੱਚ, ਜਿੰਨਾ ਬੇਟਾ ਆਵਾਜ਼ ਆ ਰਿਹਾ ਰਾਜਾ ਕਿਤੇ ਉਸ ਤੋਂ ਵੱਧ ਆਵਾਜ਼ ਆ ਰਿਹਾ, ਉਹਦੇ ਲਈ ਹੋਰ ਮੁਸ਼ਕਿਲ ਬਣ ਗਈ ਵੀ ਮੇਰਾ ਬੱਚਾ ਬਿਮਾਰ, ਰਾਜੇ ਦਾ ਬੱਚਾ, ਕਮਾਲ ਹੋ ਗਈ। ਸਾਰੇ ਵੈਦ ਹਕੀਮ, ਅੱਜ ਦੀ ਲੈਂਗੁਏਜ ਕਹਿ ਲਓ ਡਾਕਟਰਸ ਵਗੈਰਾ, ਲਾਈਨਅਪ ਕਰ ਲਏ ਸਾਰੇ, ਇਹਨੇ ਠੀਕ ਕਰੋ, ਇਹਨੂੰ ਕੀ ਫਾਇਦਾ ਤੁਹਾਡਾ, ਤੁਸੀਂ ਇੱਥੇ ਇੰਨੇ ਇੰਨੇ ਬੈਨੀਫਿਟ ਲੈਂਦੇ ਹੋ ਮੇਰੇ ਕੋਲੋਂ, ਤਨਖਾਹਾਂ ਦਿੰਦਾ, ਇਨਾਮ ਦਿੰਦਾ, ਕੀ ਤੁਹਾਡੀ ਹਕਮਤ ਕਿਸ ਕੰਮ ਆਏਗੀ? ਜੇ ਮੇਰੇ ਬੇਟੇ ਦਾ ਬੁਖਾਰ ਨਾ ਲੱਥਾ, ਜੇ ਪਰੇਸ਼ਾਨ ਰਿਹਾ, ਜੇ ਇਸ ਰੂਪ ਦੇ ਵਿੱਚ ਚੀਜ਼ ਰਹੀ, ਤਾਂ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਫਾਇਲ ਲਾ ਦਿਆਂਗਾ। ਇਹ ਕੀ ਗੱਲ ਹੋ ਰਹੀ? ਉਹ ਵਿਚਾਰੇ ਡਰਦੇ ਹੋ ਕੀ ਕਰਨ? ਕਈ ਵਾਰੀ ਸਾਡੇ ਲੋਕ ਕੈਨੇਡੀਅਨ ਸਿਸਟਮ ਦੇ ਬਾਰੇ, ਮੈਡੀਕਲ ਸਿਸਟਮ ਬਾਰੇ ਬੜੀਆਂ ਸ਼ਿਕਾਇਤਾਂ ਕਰਦੇ, ਨੋ ਡਾਊਟ ਕੋਈ ਵੀ ਸਿਸਟਮ ਪਰਫੈਕਟ ਨਹੀਂ ਹੁੰਦਾ, ਪਰ ਕਈ ਵਾਰੀ ਕਹਿੰਦਾ ਦੇ ਡਾਕਟਰ ਦਵਾਈ ਨਹੀਂ ਦਿੰਦੇ ਜੀ, ਇਹ ਤਾਂ ਸੁਣਦੇ ਹੀ ਨਹੀਂ ਗੱਲ ਜੀ। ਐਕਚੁਅਲ ਲੈਵਲ 'ਤੇ ਜ਼ਰੂਰੀ ਨਹੀਂ ਗਾ ਕਿ ਹਰ ਚੀਜ਼ ਦਵਾਈ ਖਾ ਕੇ ਠੀਕ ਹੋਣੀ ਹੈ, ਜਿਹੜਾ ਤੁਹਾਡੀ ਬੋਡੀ ਬਣਾਈ ਕੁਦਰਤ ਨੇ, ਇਹਦੇ 'ਚ ਨੈਚੁਰਲ ਇਮਿਊਨਿਟੀ ਵੀ ਆਪਣੇ ਆਪ 'ਚ ਹੁੰਦੀ ਹੈ, ਇਹ ਆਪਣੇ ਆਪ ਨੂੰ ਹੀਲ ਵੀ ਆਪ ਕਰਦੀ ਹੈ। ਉਹ ਜਿੰਨੀ ਦੇਰ ਤੱਕ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਈ ਦਵਾਈ ਬੈਨੀਫਿਟ ਹੋਏਗੀ, ਬੈਨੀਫਿਸ਼ੀਅਲ ਹੋਏਗੀ ਇਸ ਬੋਡੀ ਵਾਸਤੇ, ਉੰਨੀ ਦੇਰ ਤੱਕ ਉਹ ਵੇਟ ਐਂਡ ਵਾਚ ਕਰਦੇ ਨੇ, ਪ੍ਰੋਪਰ ਪ੍ਰੋਸੀਜਰ ਕਰਦੇ ਨੇ, ਪ੍ਰੋਪਰ ਉਸ ਚੀਜ਼ ਦਾ ਜਿਹੜਾ ਹੈਗਾ ਮੈਜਰਸ ਲੈਂਦੇ ਨੇ, ਸਾਰੀਆਂ ਚੀਜ਼ਾਂ। ਇਹ ਹਕਮਤ ਦਾ ਇਹ ਤਰੀਕਾ ਹੈ, ਇੱਕਦਮ ਆਲਰੇਡੀ ਬੋਡੀ ਕਿਸੇ ਚੀਜ਼ ਨਾਲ ਡੀਲ ਕਰ ਰਹੀ ਹੈ, ਟੋਪ ਆਫ ਦੈਟ ਤੁਸੀਂ ਉਹਨੂੰ ਕੋਈ ਐਕਸਟਰਾ ਸਬਸਟੈਂਸ ਦੇ ਦਿਓ ਹੋਰ, ਅਜੇ ਤੁਹਾਨੂੰ ਸਮਝਣ ਲੱਗੀ ਕੀ ਹੈ, ਅਤੇ ਹੋਏਗਾ ਕੀ, ਉਹ ਹੋਰ ਡੈਮੇਜ ਕਰ ਦੇਗੀ। ਇਸ ਲਈ ਜੇ ਕੋਈ ਬੈਨੀਫਿਟ ਦੇਣ ਵਾਲੀ ਚੀਜ਼ ਹੈ ਤਾਂ ਉਹ ਤਾਂ ਦਿਓ, ਜੇ ਨਹੀਂ ਹੈ ਤਾਂ ਫਿਰ ਵੇਟ ਐਂਡ ਵਾਚ ਕਰੋ, ਉੰਨੀ ਦੇਰ ਤੱਕ ਉਹਦੀ ਕੋਈ ਰਿਸਰਚ ਕਰੋ, ਕੋਈ ਚੀਜ਼ ਲੱਭੋ, ਆਖਿਰਕਾਰ ਉਸਨੂੰ ਹੋਰ ਮੁਆਇਨਾ ਕਰੋ ਉਹਦਾ। ਖੈਰ ਉਹ ਪ੍ਰੋਪਰ ਡਾਇਗਨੋਸਿਸ ਤਾਂ ਹੋ ਨਹੀਂ ਰਹੇ, ਅਤੇ ਉਹ ਬਿਮਾਰ ਸ਼ਮਾਰ ਹੈ, ਉਹਦਾ ਬੁਖਾਰ ਵੱਧ ਰਿਹਾ, ਉਹ ਜਿਤਨਾ ਬੇਟਾ ਤੜਪ ਰਿਹਾ ਬਾਪ ਉਸ ਤੋਂ ਵੱਧ ਤੜਪ ਰਿਹਾ, ਅਤੇ ਉਹ ਕਹਿੰਦਾ ਇਹਨੂੰ ਠੀਕ ਕਰੋ, ਜਲਦੀ ਠੀਕ ਕਰੋ। ਆਖਿਰਕਾਰ ਡਰੇ ਹੋਏ ਹਕੀਮਾਂ ਵੈਦਾਂ ਨੇ ਉਹਨੂੰ ਬੜੀ ਤੇਜ਼ ਦਵਾਈ ਦੇ ਦਿੱਤੀ, ਦਵਾਈ ਦੇ ਦਿੱਤੀ, ਦਵਾਈ ਇੱਕਦਮ ਇਤਨੀ ਤੇਜ਼ ਸੀਗੀ, ਬੁਖਾਰ 'ਤੇ ਲੈ ਗਿਆ,
ਪਰ ਸਮਹਾਉ ਉਹਦਾ ਸਾਈਡ ਇਫੈਕਟ ਇਹ ਹੋਇਆ ਕਿ ਉਹਦੀ ਯਾਦਾਸ਼ਤ ਚਲੀ ਗਈ, ਹੁਣ ਉਹਦੀ ਯਾਦਾਸ਼ਤ ਖਤਮ ਹੋ ਗਈ, ਹੁਣ ਯਾਦਾਸ਼ਤ ਨਹੀਂ, ਤੈਨੂੰ ਕੁਛ ਵੀ ਪਤਾ ਨਹੀਂ ਮੈਂ ਕੌਣ ਹਾਂ, ਮੈਂ ਕਿੱਥੇ ਹਾਂ, ਕਿਸ ਰੂਪ ਦੇ ਵਿੱਚ ਹੈਲੀ ਹੈਗੀ, ਕਹਾਣੀ ਨੂੰ ਮੈਂ ਬਾਤ ਆ, ਪਰ ਇਹ ਐਕਚੁਅਲ ਲੈਵਲ 'ਤੇ ਸਾਰੀ ਚੀਜ਼ ਅਸੀਂ ਬਾਣੀ ਦੇ ਸ਼ਬਦਾਂ ਨੂੰ ਪੜ੍ਹੀਏ ਅਤੇ ਆਪਣੇ ਆਪ ਨੂੰ ਦੇਖੀਏ, ਭਰਮ ਦੀ ਦਸ਼ਾ ਹੀ ਹੁੰਦੀ, ਉਹਨੂੰ ਕੁਛ ਵੀ ਯਾਦ ਨਹੀਂ। ਹੁਣ ਰਾਜੇ ਦਾ ਪੁੱਤ ਆ, ਨਾ ਉਹਨੂੰ ਮਹਿਲਾਂ ਦਾ ਯਾਦ ਆ, ਨਾ ਰਾਜੇ ਦਾ ਯਾਦ ਆ, ਹੁਣ ਅਜੇ ਹੋਰ ਹਾਲਤ ਬਣ ਗਈ, ਹੁਣ ਰਾਜਾ ਹੋਰ ਦੁਖੀ ਆ, ਪਰ ਕਰੇ ਕੀ, ਉਹ ਬਾਵਲਿਆਂ ਵਾਂਗੂ ਕਮਲਿਆਂ ਵਾਂਗੂ ਤੁਰਿਆ ਫਿਰਦਾ, ਉਹ ਮਹਿਲ 'ਚੋਂ ਬਾਹਰ ਭੱਜਦਾ, ਪਹਿਰੇਦਾਰ ਲਾਏ ਨੇ, ਇਹ ਭੱਜ ਨਾ ਜਾਏ ਕਿਤੇ, ਹੁਣ ਕੋਈ ਵੀਦ ਵੈਦ ਹਕੀਮਾਂ ਨੂੰ ਫਿਰ ਕਹਿੰਦਾ ਕਿ ਉਹ ਕਹਿੰਦੇ ਟ੍ਰੀਟਮੈਂਟ ਚੱਲੇਗਾ, ਥੋੜ੍ਹਾ ਲੰਬਾ ਚੱਲੇਗਾ, ਅਸੀਂ ਕੋਸ਼ਿਸ਼ ਕਰਾਂਗੇ। ਇਹ ਸਾਰੇ ਕਰਨ ਦੇ ਦੌਰਾਨ ਕਿਤੇ ਪਹਿਰੇਦਾਰਾਂ ਦੀ ਅੱਖ ਚੂਕ ਗਈ, ਉਹ ਮਹਿਲ 'ਚੋਂ ਭੱਜ ਗਿਆ, ਭੱਜ ਗਿਆ ਅਤੇ ਲਗਾਤਾਰ ਦੌੜਦਾ ਰਿਹਾ, ਦੌੜਦਾ ਰਿਹਾ, ਦੌੜਦਾ ਰਿਹਾ। ਬੌਡੀ ਇੱਕ ਐਨਰਜੀ ਹੈ, ਦੌੜਦਿਆਂ ਦੌੜਦਿਆਂ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸੀਗੀਆਂ, ਉਹ ਆਪਣੀ ਜਿਹੜੀ ਉਹ ਰਾਜੇ ਦੀ ਰਿਆਸਤ ਸੀ ਉਹ ਤੋਂ ਕਿਤੇ ਬਾਹਰ ਚਲਾ ਗਿਆ, ਦੂਰ ਕਿਤੇ ਹੋਰ ਦੇਸ਼ ਭੱਜਦਾ ਭੱਜਦਾ ਪਹੁੰਚ ਗਿਆ। ਹੁਣ ਆਖਿਰਕਾਰ ਭੱਜਦਿਆਂ ਭੱਜਦਿਆਂ ਥੱਕ ਗਿਆ, ਸਰੀਰ ਦੀਆਂ ਕੁਝ ਨੈਚੁਰਲ ਸੈਂਸਿਸ ਵੀ ਹੁੰਦੀਆਂ ਨੇ ਕੁਦਰਤੀ ਤੌਰ 'ਤੇ, ਆਟੋ ਜਿਹਨੂੰ ਕਹਿ ਲਓ ਕਿ ਸੈਂਸਿਸ ਸਿਸਟਮ, ਸੈਂਸਰੀ ਸਿਸਟਮ ਕੁਦਰਤ ਨੇ ਬਣਾਇਆ। ਇੱਕ ਜਗ੍ਹਾ 'ਤੇ ਗਿਆ, ਬੜੀ ਭੁੱਖ ਲੱਗੀ, ਬੜੀ ਭੁੱਖ ਲੱਗੀ, ਹੁਣ ਭੁੱਖ ਇੱਕਦਮ ਅੰਦਰ ਜਿਹੜੀ ਹੈ ਲੱਗੀ, ਅਤੇ ਉਹਦੇ ਵਾਸਤੇ ਕੁਛ ਖਾਣ ਲਈ ਚਾਹੀਦਾ। ਇੱਕ ਬੜਾ ਵੱਡਾ ਕੋਈ ਧਾਰਮਿਕ ਸਥਾਨ, ਕੋਈ ਧਰਮ ਮੰਦਰ ਬਣਿਆ, ਉਹਦੇ ਬਾਹਰ ਬਹੁਤ ਸਾਰੇ ਲੋਕ ਬੈਠੇ ਨੇ ਮੰਗਤਿਆਂ ਦੀ ਤਰ੍ਹਾਂ, ਅਤੇ ਉਹ ਅੱਗੇ ਐਵੇਂ ਹੱਥ ਕਰਦੇ ਨੇ, ਕੁਝ ਦਾਨੀ ਲੋਕ ਆਉਂਦੇ, ਉਹਨਾਂ ਨੂੰ ਖਾਣ ਵਾਸਤੇ ਕੁਝ ਦੇਈ ਜਾਂਦੇ, ਉਹ ਖਾਈ ਜਾਂਦੇ। ਉਹਨਾਂ ਨੂੰ ਦੇਖਿਆ ਉੱਥੇ ਬੈਠੇ, ਉਹ ਮੰਗ ਰਹੇ ਨੇ ਹੱਥ ਕਰਕੇ, ਕੁਝ ਲੋਕ ਦੇ ਰਹੇ ਨੇ, ਉਹ ਵੀ ਬੈਠ ਗਿਆ, ਹੱਥ ਕੀਤਾ, ਕਿਸੇ ਨੇ ਹੱਥ 'ਤੇ ਰੱਖਤਾ, ਖਾ ਲਿਆ, ਖਾਧਾ ਭੁੱਖ ਮਿਟ ਗਈ, ਦੁਬਾਰਾ ਫਿਰ ਹੱਥ ਕੀਤਾ, ਫਿਰ ਕਿਸੇ ਨੇ, ਤਾਂ ਫਿਰ ਭੁੱਖ ਮਿਟ ਗਈ। ਹੁਣ ਕੀ ਹੋਇਆ, ਹੁਣ ਆਲੇ ਦੁਆਲੇ ਭੱਜਿਆ ਫਿਰਦਾ, ਜਦੋਂ ਕਿਤੇ ਭੁੱਖ ਲੱਗਦੀ ਉੱਥੇ ਆ ਜਾਂਦਾ, ਆ ਕੇ ਭਖਾਰੀਆਂ 'ਚ ਬੈਠ ਜਾਂਦਾ, ਅਤੇ ਆ ਕੇ ਜੇ ਕੋਈ ਦਿੰਦਾ ਖਾਣ ਵਾਸਤੇ ਖਾ ਲਈ। ਇਹ ਰੂਟੀਨ ਤੁਰ ਪਈ। ਹੁਣ ਜਦੋਂ ਰੂਟੀਨ 'ਚ ਚੀਜ਼ ਚੱਲਦੀ ਗਈ, ਕਿਤੇ ਕੋਈ ਸਿਆਣਾ ਬਹੁਤ ਦਾਨਿਸ਼ਮੰਦ ਹਕੀਮ ਸੀਗਾ, ਉਹ ਵੀ ਅਕਸਰ ਉਸ ਧਰਮ ਮੰਦਰ 'ਚ ਆਉਂਦਾ, ਕੁਝ ਦਿਨਾਂ ਤੋਂ ਬਾਹਰ ਗਿਆ ਸੀਗਾ, ਅੱਜ ਆਇਆ, ਆ ਕੇ ਦੇਖਿਆ ਉਹ ਸਾਰੇ ਭਖਾਰੀਆਂ ਵਗੈਰਾ ਨੂੰ ਕੁਛ ਉਹ ਦੇ ਰਿਹਾ। ਉਹ ਦੇਖਦਾ ਆ ਨਵਾਂ ਦੇਖਿਆ, ਨੌਜਵਾਨ ਬੱਚਾ ਆ, ਕੱਪੜੇ ਵੀ ਬੜੇ ਵਧੀਆ ਪਾਏ ਨੇ, ਮੈਲੇ ਨੇ ਪਰ ਹੈਗੇ ਬੜੇ ਸ਼ਾਨਦਾਰ ਨੇ ਕੱਪੜੇ ਪਾਏ ਨੇ, ਇਹ ਲੱਗਦਾ ਨਹੀਂ ਗਾ ਕੋਈ ਭੁਖਾਰੀ ਗਦਾਧਰ ਆ। ਪੁੱਛੇ ਆਲੇ ਦੁਆਲੇ, ਕਹਿੰਦੇ ਜੀ ਇਹ ਲੜਕਾ ਹੁਣੀ ਆਇਆ, ਬਾਵਲਾ ਜਿਹਾ ਲੱਗਦਾ, ਭੱਜਾ ਫਿਰਦਾ ਚਾਰ ਚੁਫੇਰੇ, ਭੁੱਖ ਲੱਗਦੀ ਇੱਥੇ ਆ ਜਾਂਦਾ। ਉਸਨੇ ਉਹਦੀ ਬਾਂਹ ਫੜੀ, ਬਾਂਹ ਫੜ ਕੇ ਨਬਜ਼ ਦੇਖੀ, ਹਕੀਮ ਹੈ, ਹਕਮਤ ਜਾਣਦਾ ਹੈ, ਨਬਜ਼ ਦੇਖ ਕੇ ਪਤਾ ਲੱਗਾ ਬਿਮਾਰ ਹੈ, ਅਸਲ ਵਿੱਚ ਬ੍ਰੇਨ ਪ੍ਰੋਪਰ ਕੰਮ ਨਹੀਂ ਕਰਦਾ, ਅੰਦਰ ਲਗਾਤਾਰ ਕੁਝ ਧੁੜਕੂ ਚੱਲ ਰਿਹਾ। ਬਾਂਹ ਫੜ ਕੇ ਨਾਲ ਲੈ ਗਿਆ, ਉਹ ਦੋ ਚਾਰ ਦਿਨ ਹਕਮਤ ਕੀਤੀ, ਦਵਾਈ ਦਾਰੂ ਕੀਤਾ, ਹੌਲੀ ਹੌਲੀ ਕਰਕੇ ਯਾਦਾਸ਼ਤ ਆਉਣੀ ਵਾਪਸ ਹੋ ਗਈ। ਜਦੋਂ ਆ ਯਾਦਾਸ਼ਤ ਨੇ ਵਾਪਸੀ ਕੀਤੀ, ਪੁੱਛਿਆ ਕੌਣ ਹੈ, ਆਪਣਾ ਨਾਂ ਦੱਸਿਆ, ਕਿੱਥੋਂ ਆਇਆ, ਫਲਾਂ ਰਾਜੇ ਦਾ ਪੁੱਤ ਆ। ਕਰਦਿਆਂ ਕਰਦਿਆਂ ਪੂਰੀ ਯਾਦਾਸ਼ਤ ਆ ਗਈ, ਇਨਫੋਰਮੇਸ਼ਨ ਯਾਦ ਹੋ ਗਈ, ਪ੍ਰੈਪਰੇ ਜਿਹੜੀ ਅੰਦਰ ਉਹ ਸਾਰੇ ਦੀ ਸਾਰੀ ਜਿਹੜੀ ਦੁਬਾਰਾ ਫਿਰ ਉਹ ਰਿਵੀਲ ਕਰ ਗਈ। ਦੁਬਾਰਾ ਉਸ ਹਕੀਮ ਨੇ ਰਾਜਮਹਿਲ ਪਹੁੰਚਾਇਆ, ਰਾਜਾ ਵੀ ਬੜਾ ਖੁਸ਼, ਪੁੱਤਰ ਆ ਗਿਆ, ਹੁਣ ਆਇਆ ਤਾਂ ਕੁਝ ਬਦਲਿਆ ਹੋਇਆ ਵੀ ਹੈ, ਜ਼ਿੰਦਗੀ ਦੀ ਕੁਝ ਵੱਡੀ ਸਮਝ ਆ ਗਈ ਹੈ, ਕੁਝ ਬਾਹਰ ਜਾ ਕੇ ਆਇਆ, ਕੁਝ ਚੀਜ਼ਾਂ ਵੇਖ ਕੇ ਆਇਆ। ਖੈਰ ਉੱਥੇ ਆ ਕੇ ਕੁਝ ਜ਼ਿੰਮੇਵਾਰੀਆਂ ਵੀ ਸੰਭਾਲੀਆਂ ਨੇ। ਹੁਣ ਕਰਦਾ ਕੀ ਹੈ, ਜਿੰਨੇ ਉਸ ਮੰਦਰ ਦੇ ਬਾਹਰ ਭਖਾਰੀ ਬੈਠੇ ਸੀ, ਆਪਣੇ ਸਿਪਾਹੀ ਭੇਜੇ, ਸਾਰਿਆਂ ਨੂੰ ਬੁਲਾ ਲਿਓ, ਬੁਲਾ ਕੇ ਆਪਣੇ ਮਹਿਲ ਲੈ ਆਇਆ, ਹਕੀਮਾਂ ਨੂੰ ਕਿਹਾ ਇਹਨਾਂ ਦਾ ਇਲਾਜ ਕਰੋ, ਪੁੱਛੋ ਇਹਨਾਂ ਨੂੰ ਕਿ ਰਾਜੇ ਕਿਸ ਰਾਜੇ ਦੇ ਪੁੱਤਰ ਨੇ, ਆਖਿਰਕਾਰ ਕਿਹਨਾਂ ਮਹਿਲਾਂ ਨੂੰ ਛੱਡ ਕੇ ਆਏ ਨੇ।
ਹੈਗੀ ਤਾਂ ਕਹਾਣੀ ਹੈ, ਪਰ ਇਹ ਕਹਾਣੀ ਸਾਡੀ ਸਾਰਿਆਂ ਦੀ ਹਕੀਕਤ ਹੈ। ਅਸੀਂ ਸਾਰੇ ਦੇ ਸਾਰੇ ਕਹੋ ਕਬੀਰ ਇਹ ਰਾਮ ਕੀ ਅੰਸ਼, ਰੱਬ ਦੀ ਅੰਸ਼ ਵੰਸ਼ ਆ, ਪਰ ਭੁੱਲ ਗਏ ਹਾਂ, ਵਿਸਰ ਗਿਆ। ਭਰਮ ਦੀ ਅਵਸਥਾ 'ਚ ਆ, ਭਰਮ ਦੀ ਅਵਸਥਾ 'ਚ ਹਾਲਤ ਇਹ ਬਣੀ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਕਿਸੇ ਸੁਪਨੇ ਦੀ ਦੁਨੀਆਂ 'ਚ ਬੈਠੇ ਹਾਂ ਅਤੇ ਭਿਖਾਰੀ ਬਣ ਗਏ, ਐਸੇ ਗਦਾਦਰ ਬਣੇ ਹਾਂ ਕਿ ਅਛਤ ਰਾਜ ਵਿਛੜੁਤ ਦੁੱਖ ਪਾਇਆ। ਜੇ ਬੜੇ ਡੀਪ ਲੈਵਲ 'ਤੇ ਦੇਖੀਏ, ਜਿਹਨਾਂ ਚੀਜ਼ਾਂ ਨੂੰ ਰੋਂਦੇ ਹਾਂ, ਕਲਪਦੇ ਹਾਂ, ਪਿੱਟਦੇ ਹਾਂ ਸਵੇਰ ਤੋਂ ਸ਼ਾਮ ਤੱਕ, ਕੀ ਹੈ? ਹੈ ਤਾਂ ਕੁਛ ਵੀ ਨਹੀਂ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਇੱਕ ਪੰਖੀ ਬਿਰਖ ਦੀ ਡਾਲੀ 'ਤੇ ਬੈਠਾ ਹੈ, ਦੋ ਪਲ ਹੀ ਬੈਠਾ ਫਿਰ ਉੱਡ ਜਾਣਾ। ਛਾੜ ਵਿਡਾਨੀ ਤਾਤ ਮੂੜੇ ਇਹਾਂ ਬਸਣਾ ਰਾਤ ਮੂੜੇ, ਇੱਕ ਰਾਤ ਦਾ ਤੇਰਾ ਵਸੇਬਾ ਸਾਰਾ। ਅਤੇ ਕਿਸ ਕਿਸ ਤਰ੍ਹਾਂ ਦੀ ਅਵਸਥਾ 'ਚ ਪੈ ਗਿਆ ਤੂੰ? ਛੋਟੀ ਜਿਹੀ ਬਾਤ ਹੋਰ ਕਹਿ ਕੇ ਵਾਇੰਡ ਅਪ ਕਰ ਦੇਣਾ, ਬਚਨ 'ਤੇ ਵਾਪਸ ਆ ਜਾਂਦਾ ਵਾਂ ਜੋ ਬਚਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਮਤ ਬਿਸਰਤ ਰੇ ਮਨ ਰਾਮ ਬੋਲ, ਓਏ ਮੇਰੇ ਮਨਾਂ ਮਤੇ ਵਿਸਰ ਜਾਏ ਤੈਨੂੰ ਰਾਮ ਬੋਲ। ਉਸ ਰਮੀ ਹੋਈ ਹਸਤੀ ਦਾ ਅਹਿਸਾਸ ਆਪਣੇ ਆਪ ਸੁਰਤੇ ਆਪ ਕਰ। ਮੌਲਾਨਾ ਰੂਮੀ ਨੇ, ਬੜਾ ਦਾਨਿਸ਼ਮੰਦ ਬੰਦਾ ਆ, ਸਕਾਲਰ ਸੂਫੀ ਹੈ, ਦੋ ਸੂਫੀ ਕਹਿੰਦੇ ਬਿਲਕੁਲ ਇੱਕ ਰੂਪਤਾ ਦੇ ਇੱਕ ਟਾਕਰੇ 'ਤੇ ਆਉਂਦੇ ਨੇ, ਬਾਬਾ ਫਰੀਦ ਅਤੇ ਰੂਮੀ, ਦੁਨੀਆ ਕਹਿੰਦੀ ਇਸ ਰੂਪ ਦੇ ਵਿੱਚ। ਉਹ ਸਾਡੇ ਕੋਲ ਬਾਬਾ ਫਰੀਦ ਜੀ ਗੁਰੂ ਨਾਨਕ ਸਾਹਿਬ ਦੁਆਰਾ ਉਹਨਾਂ ਦੀ ਬਾਣੀ ਇਕੱਤਰਿਤ ਕਰਕੇ ਸੰਭਾਲੀ ਗਈ ਹੈ। ਵੈਸਟਰਨ ਵਰਲਡ 'ਚ ਰੂਮੀ ਬੜਾ ਪੜ੍ਹਿਆ ਜਾਂਦਾ, ਉਹਦਾ ਦੀਵਾਨ ਕਮਲੇ ਵਾਂਗੂ ਪੜ੍ਹਦੇ ਨੇ ਲੋਕ, ਇਵਨ ਨੌਰਥ ਅਮੈਰੀਕਾ ਦੇ ਵਿੱਚ ਬੜੀਆਂ ਉਹਦੀਆਂ ਟ੍ਰਾਂਸਲੇਸ਼ਨਸ ਮਿਲ ਜਾਂਦੀਆਂ, ਅੰਗਰੇਜ਼ੀ ਵਿੱਚ, ਫਰੈਂਚ ਵਿੱਚ, ਦੁਨੀਆ ਦੀਆਂ ਬਹੁਤ ਬਹੁਤ ਜ਼ਬਾਨਾਂ ਵਿੱਚ। ਖੈਰ, ਇੱਕ ਜਗ੍ਹਾ 'ਤੇ ਰੂਮੀ ਬੜਾ ਖੂਬਸੂਰਤ ਲਿਖਦਾ, ਉਹ ਕਹਿੰਦਾ ਕਿ ਮੇਰਾ ਇੱਕ ਮਿੱਤਰ ਹੈ ਅਤੇ ਉਹ ਜੀਵਨ ਜਿਵੇਂ ਅਸੀਂ ਆਮ ਵਿਚਰਦੇ ਹਾਂ ਇਸ ਤਰੀਕੇ ਨਾਲ ਵਿਚਰਦਾ। ਬੇਟਾ ਆ ਉਹਦਾ, ਬੇਟੇ ਨਾਲ ਪਿਆਰ ਬੜਾ ਉਹਦਾ, ਉਸ ਬੇਟੇ ਦੇ ਨਾਲ ਪਿਆਰ ਕਰਦਾ ਹੋਇਆ ਬੜੀ ਖੁਸ਼ੀ 'ਚ ਜ਼ਿੰਦਗੀ ਜੀ ਰਿਹਾ। ਕੁਛ ਕਰਨਾ ਕੁਦਰਤ ਦਾ ਐਸਾ ਹੋਇਆ ਕਿ ਬੇਟੇ ਦੀ ਕਿਸ਼ੋਰਾ ਅਵਸਥਾ ਦੇ ਵਿੱਚ ਯੌਵਨ ਦੀ ਦਹਿਲੀਜ਼ 'ਤੇ ਖੜ੍ਹੇ ਹੋਏ ਦੀ ਮੌਤ ਹੋ ਗਈ। ਮੌਤ ਹੋ ਗਈ। ਉਸ ਬੇਟੇ ਨਾਲ ਬੜੇ ਸੁਪਨੇ ਸਜਾਏ ਸੀਗੇ ਜ਼ਿੰਦਗੀ ਦੇ, ਬੜੀ ਇਨਵੈਸਟਮੈਂਟ ਸੀ ਇਮੋਸ਼ਨਲ ਸਾਈਡ ਤੋਂ ਉਹਦੀ। ਉਹ ਸਾਰਾ ਸਵੇਰ ਸ਼ਾਮ ਬਸ ਉਹਦਾ ਮੱਥਾ ਚੁੰਮਦਾ ਸੀ, ਉਹਦੀਆਂ ਗੱਲਾਂ ਕਰਦਾ ਸੀ, ਉਹਦੇ ਬਾਬਤ ਹੀ ਸਵੇਰ ਤੋਂ ਸ਼ਾਮ ਤੱਕ। ਜਿਉਣ ਦਾ ਮਕਸਦ ਹੀ ਉਹ ਸੀਗਾ, ਇਕੱਲਾ ਮਰ ਗਿਆ, ਗੁਜ਼ਰ ਗਿਆ। ਕੁਦਰਤ ਹੈ, ਇਹ ਸ਼ਬਦ ਇਸ ਰੂਪ ਵਿੱਚ ਬਿਆਨ ਕਰਦਾ, ਆਪੇ ਕੁਦਰਤ ਕਰੇ ਸਾਜ, ਸ਼ਬਦ ਇੱਥੋਂ ਸ਼ੁਰੂ ਹੋ ਰਿਹਾ। ਕੀ ਕਰਾਂਗੇ ਤੁਸੀਂ, ਕੀ ਕਰੋਗੇ? ਕੋਈ ਹੁਕਮ ਨਹੀਂ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਕੋਈ ਕਿਸੇ ਦਾ ਜ਼ੋਰ ਥੋੜ੍ਹਾ ਹੈ। ਵਾਹਿਗੁਰੂ ਨਾ ਕਰੇ ਕਿਤੇ ਐਵੇਂ ਦਾ ਕਿਸੇ ਦਾ ਇਮਤਿਹਾਨ ਲਏ, ਜੇ ਕੁਦਰਤ ਲੈਂਦੀ ਤਾਂ ਇਮਤਿਹਾਨ ਬੜੇ ਡਾਢੇ ਲੈਂਦੀ। ਜਦੋਂ ਉਹ ਫੌਤ ਹੋ ਗਿਆ, ਮੌਤ ਹੋ ਗਈ ਉਹਦੀ, ਜਿਹੜੀ ਇਹਦੀ ਇਸ ਸ਼ਖਸ ਦੀ ਵਾਈਫ ਆ, ਸਦਮਾ ਤਾਂ ਲੱਗਾ ਉਸਨੂੰ, ਪਰ ਉਹ ਸਦਮੇ ਤੋਂ ਬਾਅਦ ਇੱਕ ਹੋਰ ਸਦਮਾ ਉਹਨੂੰ ਇਹ ਹੈ ਕਿ ਇਹ ਤਾਂ ਮਰ ਗਿਆ, ਇਹ ਜਿਹੜਾ ਇਹਦਾ ਬਾਪ ਆ ਇਹ ਕਿਵੇਂ ਸਰਵਾਈਵ ਕਰੇਗਾ? ਇਹਦੇ ਕੋਲ ਤਾਂ ਹੋਰ ਕੋਈ ਜ਼ਿੰਦਗੀ ਦਾ ਮਕਸਦ ਹੀ ਕੋਈ ਨਹੀਂ। ਇਹ ਤਾਂ ਸਵੇਰ ਤੋਂ ਸ਼ਾਮ ਤੱਕ ਲੈ ਕੇ ਉਹਦੀਆਂ ਹੀ ਗੱਲਾਂ ਕਰਦਾ, ਉਹਦੇ ਹੀ ਸਿਮਰਨ ਕਰਦਾ, ਉਹਦੀ ਬਾਤ ਪਾਉਂਦਾ, ਉਹਦੇ ਨਾਲ ਹੀ ਸਭ, ਇਹਦੀ ਤਾਂ ਰੂਟੀਨ ਹੀ ਉਹ ਸੀਗੀ। ਹੁਣ ਕੀ ਹੋਏਗਾ? ਆਖਰਕਾਰ ਉਹ ਬੜਾ ਰੋ ਰਿਹਾ, ਬੜਾ ਕਲਪ ਰਿਹਾ, ਬੜਾ ਦੁਖੀ ਹੈ, ਕੋਈ ਦੁੱਖ ਦੀ ਇੰਤਹਾ ਥੋੜ੍ਹਾ ਆ, ਮਤਲਬ ਕੀ ਕਰੇ?
ਆਖਿਰਕਾਰ ਉਸੇ ਦੁੱਖ ਦੇ ਵਿੱਚ ਉਹਦੇ ਗੁਜ਼ਰਨ ਤੋਂ ਕਹਿ ਲਓ ਕਿ ਇੱਕ ਦਿਨ ਬਾਅਦ, ਦੋ ਦਿਨ ਬਾਅਦ, ਰਾਤ ਨੂੰ ਕਿਤੇ ਰੋਂਦਿਆਂ ਰੋਂਦਿਆਂ ਸਿਸਕਦਿਆਂ ਸਿਸਕਦਿਆਂ ਸੌਂ ਗਿਆ। ਸਵੇਰੇ ਉੱਠਿਆ, ਉੱਠ ਕੇ ਬੜਾ ਖੁਸ਼ ਆ, ਵਾਈਫ ਨੂੰ ਆਵਾਜ਼ ਮਾਰੀ, ਉਹ ਮੈਂ ਕੰਮ 'ਤੇ ਜਾਣਾ ਹੈ, ਮੇਰੇ ਲਈ ਤੂੰ ਬ੍ਰੇਕਫਾਸਟ ਨਹੀਂ ਬਣਾਇਆ। ਵਾਈਫ ਕਹਿੰਦੀ ਕਮਾਲ ਹੋ ਗਈ, ਇਹ ਬਿਲਕੁਲ ਐਵੇਂ ਹੋਇਆ ਕੀ ਹੈ, ਉਹਨੇ ਬ੍ਰੇਕਫਾਸਟ ਬਣਾਇਆ, ਖੈਰ ਕਿਸੇ ਤਰੀਕੇ ਨਾਲ ਦਿੱਤਾ, ਖਾਧਾ, ਖਾ ਕੇ ਉਹਨੂੰ ਬੜਾ ਸੋਹਣਾ ਸਮਾਈਲ ਕਰਦਾ ਹੋਇਆ ਬਾਏ ਬਾਏ ਕਰਕੇ ਕੰਮ 'ਤੇ ਚਲਾ ਗਿਆ ਹੱਸਦਾ ਖੇਡਦਾ। ਉਹਨੇ ਸੋਚਿਆ ਵੀ ਹੋ ਸਕਦਾ ਸ਼ੌਕ ਕਰਕੇ ਕੁਛ ਹੋ ਗਿਆ। ਦੁਪਹਿਰੇ ਫਿਰ ਆਇਆ ਖਾਣਾ ਖਾਣ ਵਾਸਤੇ, ਬੈਠੀ ਉਹ ਜੇ ਰੋ ਕਲਪ ਰਹੀ ਹੈ, ਉਹਨੂੰ ਕਹਿੰਦੇ ਖਾਣਾ ਨਹੀਂ ਬਣਾਇਆ, ਖਾਣਾ ਬਣਾ ਦੁਪਹਿਰ ਦਾ, ਫਿਰ ਖਾਂਦੇ ਹਾਂ, ਗੱਲਾਂ ਬਾਤਾਂ ਕੀਤੀਆਂ ਖੂਬ ਸਾਰੀਆਂ, ਫਿਰ ਚਲਾ ਗਿਆ। ਵਾਈਫ ਨੂੰ ਲੱਗਾ ਪਾਗਲ ਹੋ ਗਿਆ, ਐਵੇਂ ਕਿਵੇਂ ਹੋ ਸਕਦਾ, ਬੀਤੀ ਰਾਤ ਤੱਕ ਇਹਦੇ ਹੰਝੂ ਨਹੀਂ ਸਨ ਖਲੋ ਰਹੇ, ਇਹ ਸਿਸਕੀਆਂ ਲੈ ਰਿਹਾ ਸੀ, ਕਲਪ ਰਿਹਾ ਸੀ, ਪਿੱਟ ਰਿਹਾ ਸੀ, ਕੋਈ ਹਾਲਤ ਹੀ ਨਹੀਂ ਸੀਗੀ, ਇਹਦੇ ਮੂੰਹ 'ਚ ਪਾਣੀ ਚਿਮਚੇ ਨਾਲ ਪਾਉਣ ਵਾਲੀ ਹਾਲਤ ਬਣੀ ਪਈ ਸੀ, ਹੁਣ ਐਨ ਆਰਾਮ ਨਾਲ ਖਾ ਰਿਹਾ, ਪੀ ਰਿਹਾ, ਹੱਸ ਰਿਹਾ, ਮੁਸਕਰਾ ਰਿਹਾ, ਕੋਈ ਫਰਕ ਹੀ ਨਹੀਂ ਪੈ ਰਿਹਾ। ਖੈਰ ਵਾਈਫ ਫਿਕਰਮੰਦ ਆ, ਉਹਨੇ ਰੂਮੀ ਨੂੰ ਸੁਨੇਹਾ ਭੇਜਿਆ, ਰੂਮੀ ਘਰੇ ਆ, ਬੜੀ ਦੁੱਖ ਦੀ ਘੜੀ ਏ। ਰੂਮੀ ਆਇਆ, ਆ ਕੇ ਉਹਨੂੰ ਕਹਿੰਦਾ ਹਾਂ, ਉਹਦੀ ਭਰਜਾਈ ਲੱਗਦੀ ਹੈ, ਉਹਦੀ ਦੋਸਤੀ ਘਰ ਵਾਲੀ, ਉਹਨੂੰ ਕਹਿੰਦਾ ਹਾਂ ਮੇਰੀ ਭੈਣ, ਬੜਾ ਦੁੱਖ ਦਾ ਸਮਾਂ। ਕਹਿੰਦੀ ਉਹ ਤਾਂ ਦੁੱਖ ਹੈ, ਤੈਨੂੰ ਹੋਰ ਦੁੱਖ ਦੱਸਦੀ ਹਾਂ। ਕਹਿੰਦਾ ਹੋਰ ਕੀ ਦੁੱਖ ਹੈ? ਕਹਿੰਦੀ ਤੇਰਾ ਦੋਸਤ ਪਾਗਲ ਹੋ ਗਿਆ। ਕਹਿੰਦੀ ਉਹ ਕਿੱਦਾਂ? ਕਹਿੰਦੇ ਆ ਸਵੇਰੇ ਆ ਵਾਪਰਿਆ, ਦੁਪਹਿਰੇ ਆ ਵਾਪਰਿਆ, ਉੱਥੇ ਲੱਗਦਾ ਹੀ ਨਹੀਂ ਕੁਛ ਹੋਇਆ ਇਹੋ ਜਿਹਾ। ਉਹ ਕਹਿੰਦੇ ਨਹੀਂ ਨਹੀਂ, ਮੈਂ ਉਹਨੂੰ ਦੇਖਿਆ ਜਨਾਜ਼ੇ 'ਚ ਕਲਪ ਰਿਹਾ ਸੀ। ਕਹਿੰਦੀ ਮੈਂ ਤਾਂ ਖੁਦ ਹੈਰਾਨ, ਬੀਤੀ ਰਾਤ ਤੱਕ ਸਾਰਾ ਕੁਛ ਚੱਲਦਾ ਸੀਗਾ, ਸਵੇਰੇ ਉੱਠਿਆ ਪਤਾ ਨਹੀਂ ਕੀ ਹੋ ਗਿਆ, ਤਾਂ ਇੰਝ ਲੱਗਦਾ ਜਿਵੇਂ ਦੁਨੀਆ ਅਸਲ ਸਾਰੀ ਬਦਲ ਗਈ। ਰੂਮੀ ਨੂੰ ਵੀ ਸ਼ੌਕ ਲੱਗਾ ਥੋੜ੍ਹਾ। ਖੈਰ ਉਹਦੇ ਕੋਲ ਗਿਆ ਕੰਮ 'ਤੇ, ਜਿੱਥੇ ਉਹਦਾ ਕੋਈ ਹੱਟ ਵਗੈਰਾ ਚਲਾਉਂਦਾ ਹੈ, ਉਹਨੂੰ ਜਾ ਕੇ ਦੇਖਦਾ, ਦੇਖਿਆ ਵਾਕਿਆ 'ਚ ਉਹਦੀ ਬੋਡੀ ਲੈਂਗੁਏਜ ਡਿਫਰੈਂਟ ਆ, ਲੱਗਦਾ ਹੀ ਨਹੀਂ ਕੁਛ ਹੈਗਾ। ਉਸਨੂੰ ਬੜੇ ਆਰਾਮ ਨਾਲ ਗ੍ਰਾਹਕਾਂ ਨਾਲ ਗੱਲਾਂ ਕਰ ਰਿਹਾ ਸਾਰੀ ਬਾਤ। ਰੂਮੀ ਉਹਦੀ ਬਾਂਹ ਫੜਦਾ, ਉਹਦੇ ਕੋਲ ਬੈਠਦਾ, ਦੋ ਚਾਰ ਸਵਾਲ ਪੁੱਛਦਾ, ਕੀ ਨਾਂ ਹੈ ਤੇਰਾ, ਅੱਜ ਕੀ ਤਰੀਕ ਹੈ, ਜਿਵੇਂ ਆਮ ਲੋਕ ਪੁੱਛਦੇ ਵੀ, ਚਲੋ ਸਟੇਟ ਆਫ ਮਾਇੰਡ ਦਾ ਪੁੱਛਾਂ ਦੋ ਚਾਰ ਚੀਜ਼ਾਂ ਹੋਰ। ਜਦੋਂ ਨੇ ਦੋ ਚਾਰ ਗੱਲਾਂ ਪੁੱਛੀਆਂ, ਉਹ ਦੋਸਤ ਹੱਸ ਪਿਆ, ਕਹਿਣ ਲੱਗਾ ਮੇਰਾ ਦੋਸਤ ਆ ਨਾ, ਬੜਾ ਫਿਕਰ ਕਰਦਾ ਮੇਰਾ। ਹਾਂ ਮੈਂ ਤੈਨੂੰ ਹੁਣ ਸਾਰੀ ਗੱਲ ਹੀ ਦੱਸ ਦਿੰਦਾ। ਕਹਿਣ ਲੱਗਾ ਸਾਰੀ ਗੱਲ ਕੀ ਦੱਸੇਗਾ, ਉਹ ਤੋਂ ਮਰ ਗਿਆ, ਬੜਾ ਗਮਗੀਨ ਸੀਗਾ। ਇੱਕਦਮ ਇੱਕ ਸ਼ਾਮ ਗੁਜ਼ਰੀ ਅਤੇ ਗਮ ਸਾਰਾ ਲੈ ਗਿਆ, ਕੀ ਹੋਇਆ? ਕਹਿਣ ਲੱਗਾ ਬੜਾ ਦੁਖੀ ਸਾਂ, ਕੋਈ ਸ਼ੱਕ ਨਹੀਂ ਇਹਦੇ 'ਚ, ਰੁਦਨ ਕਰ ਰਿਹਾ ਸੀਗਾ, ਕਲਪ ਰਿਹਾ ਸੀਗਾ, ਚਿੱਤ ਕਰਦਾ ਸੀਗਾ ਬਸ ਉਹਦਾ ਜਨਾਜ਼ਾ ਤੋਰਾਂ, ਆਪਣਾ ਤੋਰਨ ਵਾਸਤੇ ਤਿਆਰ ਹੋ ਜਾਵਾਂ, ਬਸ ਮਰ ਜਾਵਾਂ, ਕੀ ਫਾਇਦਾ। ਕਹਿੰਦੇ ਫਿਰ ਖਿਆਲ ਆਇਆ, ਇਹ ਜਿਹੜਾ ਪੁੱਤ ਆ, ਇਹ 15 ਕੁ ਸਾਲ ਪਹਿਲਾਂ ਜ਼ਿੰਦਗੀ 'ਚ ਆਇਆ ਸੀ। 15 ਸਾਲ ਪਹਿਲਾਂ ਜਦੋਂ ਨਹੀਂ ਸੀ ਆਇਆ, ਜ਼ਿੰਦਗੀ ਬੜੀ ਖੁਸ਼ਨੁਮਾ ਸੀ, ਕੋਈ ਕਿਸੇ ਕਿਸਮ ਨਾਲ ਗਮ ਨਹੀਂ ਸੀ, ਕੋਈ ਫਿਕਰ ਨਹੀਂ ਸੀ, ਕੁਛ ਨਹੀਂ ਸੀਗਾ। 15 ਸਾਲ ਪਹਿਲਾਂ ਉਹ ਆਇਆ, ਜ਼ਿੰਦਗੀ ਹੋਰ ਚੰਗੀ ਲੱਗਣ ਲੱਗ ਗਈ, ਵਧੀਆ ਹੋ ਗਿਆ। 15 ਸਾਲ ਉਹ ਰਿਹਾ, 15 ਸਾਲਾਂ ਬਾਅਦ ਉਹ ਵਿਦਾ ਹੋ ਗਿਆ। ਉਹਦੇ ਆਉਣ ਤੋਂ ਪਹਿਲਾਂ ਵੀ ਜ਼ਿੰਦਗੀ ਚੱਲਦੀ ਸੀ, ਉਹਦੇ ਨਾਲ ਵੀ ਚੱਲਦੀ ਸੀ। ਉਹ ਆਇਆ, ਤੁਰ ਗਿਆ, ਦੁਬਾਰਾ ਵਾਪਸ ਆਪਣੇ ਆਪ ਨੂੰ 15 ਸਾਲ ਪਿੱਛੇ ਲੈ ਗਿਆ। ਬਸ ਸੋਚਿਆ, ਕਈ ਵਾਰੀ ਕੁਝ ਖਾਬ 15 ਪਲਾਂ ਦਾ ਹੁੰਦਾ, ਕੁਝ 15 ਪਹਿਰਿਆਂ ਦਾ ਹੁੰਦਾ, ਕੁਝ 15 ਸਾਲਾਂ ਦਾ ਹੁੰਦਾ। ਇੱਕ ਖਾਬ ਸੀਗਾ, ਉਹ ਖਾਬ ਖੁੱਲ੍ਹੀ ਅੱਖ ਨਾਲ ਵੇਖਿਆ, ਉਹਦੀ
ਜਿਹਦੇ ਕਰਕੇ ਖਾਬ ਦੇਖ ਰਿਹਾ ਸੀ ਉਹਦੀ ਅੱਖ ਪਰਮਾਨੈਂਟ ਬੰਦ ਹੋਈ, ਉਹ ਖਾਬ ਖਤਮ ਹੋ ਗਿਆ ਬਸ। ਕਹਿੰਦਾ ਕੋਈ ਗਮ ਨਹੀਂ ਗਾ। ਐਕਚੁਅਲੀ ਸਾਰੀ ਬਾਣੀ ਇਹ ਯਥਾਰਥ ਸਮਝਾ ਰਹੀ ਸਾਨੂੰ, ਰਿਐਲਿਟੀ ਅਸਲੀਅਤ। ਰਮੀ ਹੋਏ ਰਾਮ ਦੀ ਹਸਤੀ ਦਾ ਅਹਿਸਾਸ, ਇਹਨੂੰ ਦਾਨਿਆਂ ਨੇ ਕਿਹਾ ਕਾਲ ਚਿੰਤਨ ਅਕਾਲ ਚਿੰਤਨ ਹੈ। ਅਸੀਂ ਕੁਛ ਵੀ ਓਨ ਨਹੀਂ ਕਰਦੇ, ਇਹੀ ਸਿਮਰਨ ਹੈ। ਡੁੱਲੇ ਸਬਰੇ ਦਾ ਕੀ ਗਮ ਅਤੇ ਕੀ ਖੁਸ਼ੀ, ਇਹਨੂੰ ਹੀ ਬਾਬਾ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਪਰ ਇਹ ਪੋਸੀਬਿਲਿਟੀ ਨਹੀਂ, ਐਜ਼ ਏ ਇੰਡੀਵਿਜੁਅਲ, ਐਜ਼ ਏ ਆਰਡੀਨਰੀ ਹਿਊਮਨ ਬੀਂਗ, ਵੀ ਵੋਂਟ ਬੀ ਏਬਲ ਟੂ ਐਕਚੁਅਲੀ ਐਕਸਰਸਾਈਜ਼ ਦਿਸ ਕਾਇੰਡ ਆਫ ਸਟੇਟ ਆਫ ਮਾਇੰਡ ਐਟ ਆਲ, ਨਾਟ ਐਟ ਆਲ। ਵਾਈ ਨਾਟ? ਬਾਬਾ ਜੀ ਇਜ਼ ਪ੍ਰਜੈਂਟਿੰਗ ਇਨ ਗੁਰਬਾਣੀ ਐਂਡ ਬਾਬਾ ਜੀ ਇਜ਼ ਪ੍ਰਜੈਂਟਿੰਗ ਫੋਰ ਅਸ, ਐਂਡ ਵਾਈ ਵੀ ਆਰ ਨੋਟ ਏਬਲ ਟੂ ਐਕਸਰਸਾਈਜ਼ ਇਟ? ਬਾਬਾ ਜੀ ਕਹਿੰਦੇ ਉਹਦਾ ਕਾਰਨ ਇਹ ਆ, ਗੁਰ ਕਿਰਪਾ ਜਿਹੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਣੀ। ਜਿਹਦੇ ਉੱਤੇ ਗੁਰੂ ਕਿਰਪਾ ਕਰੇ, ਤਰਸ ਕਰੇ, ਉਹ ਤਰਸ ਦੇ ਸਦਕਾ ਤੇ ਇਹ ਜੁਗਤ, ਜੁਗਤ ਕਹਿੰਦੇ ਮੈਥਡ, ਤਰੀਕਾ, ਮੈਥਡੋਲੋਜੀ, ਉਹਨੂੰ ਇਹ ਤਰੀਕਾ ਆਵੇ। ਨਹੀਂ ਤੇ ਸਾਡੀ ਤੇ ਹਾਲਤ ਇਹ ਬਣੀ ਪਈ ਹੈ ਵੀ ਬੰਦਾ ਮਾਫ਼ੀ ਚਾਹਾਂਗਾ, ਪੈਰ 'ਚ ਪਾਉਣ ਵਾਲੀ ਜੁੱਤੀ ਵੀ ਲੈ ਆਵੇ ਅਤੇ ਉਹ ਜੁੱਤੀ ਵੀ ਕੋਈ 2 ਮਹੀਨੇ ਪਾ ਕੇ ਚਲਾ ਕੇ ਅਤੇ ਕਿਤੇ ਜੁੱਤੀ ਘਸੀ ਜਿਹੀ ਮਹਿਸੂਸ ਲੱਗੇ ਅਤੇ ਉਹਦਾ ਹੀ ਗਮ ਲਾ ਲੈਂਦਾ ਵੀ ਅੱਛਾ ਜੁੱਤੀ ਲਈ ਸੀ, ਘਸ ਗਈ ਹੈ ਨਾ। ਇਹ ਪਕੜਿਆ, ਪੰਕਜ ਮੋਹ ਪਗ ਨਹੀਂ ਚੱਲ, ਇੰਨੀ ਪਕੜਿਆ, ਇੰਨਾ ਮੋਹ ਆ ਮਾੜੀ ਮਾੜੀ ਚੀਜ਼ ਦੇ ਉੱਤੇ। ਹਾਲਾਂਕਿ ਦੇਖੋ ਜਿਹੜੀ ਆ ਸਾਰੀ ਧਰਤੀ ਹੈ ਨਾ, ਇਹ ਸਾਰੀ ਧਰਤੀ ਹੀ ਸਾਡਾ ਵਤਨ ਆ। ਜਿਹੜਾ ਸੋ ਕਾਲ ਦਾ ਵਤਨ ਪਿਆਰ ਅਤੇ ਰਾਸ਼ਟਰਵਾਦ ਅਤੇ ਨੈਸ਼ਨਲਿਜ਼ਮ ਵਗੈਰਾ ਹੈ ਨਾ, ਇਹ ਮਾਨਵ ਵਿਰੋਧੀ ਹੈ, ਮਨੁੱਖਤਾ ਨੂੰ ਮਾਰਦਾ ਅਸਲ ਵਿੱਚ। ਇਹ ਲੱਗਦਾ ਹੀ ਹੈ ਕਿ ਬੋਇਜ਼ ਇਸ ਟੋਟਲੀ ਇਟਸ ਕਾਇੰਡ ਆਫ ਸਿਕਨੈਸ, ਅਤੇ ਬਾਣੀ ਸਾਰੀ ਸਿਕਨੈਸ 'ਚੋਂ ਬਾਹਰ ਕੱਢਦੀ ਹੈ। ਅਸੀਂ ਕਹਿੰਦੇ ਹਾਂ ਧਰਤੀ ਦੇ ਟੁਕੜੇ ਨਾਲ ਬੰਦਾ ਉਹਦੇ ਵਾਸਤੇ ਨਾਰੇ ਲਾਵੇ, ਉਹਦੇ ਵਾਸਤੇ ਜਿਹੜਾ ਹੈਗਾ ਉਸਨੂੰ ਬੰਦੇ ਬੰਦੇ ਕਰੇ ਅਤੇ ਉਹਦੇ ਲਈ ਮਰ ਜਾਏ ਅਤੇ ਸਾਰਾ ਕੁਝ। ਬਾਬਾ ਜੀ ਦੀ ਬਾਣੀ ਪੜ੍ਹੀ, ਬਾਬਾ ਜੀ ਕਹਿੰਦੇ ਗਰਦ ਵਿਪਰੀਤ ਭਸਮ ਸੰਗ ਹੋਏ। ਇਹ ਖੋਤੇ ਦੀ ਬਿਰਤੀ ਹੈ, ਜਿਵੇਂ ਖੋਤਾ ਮਿੱਟੀ 'ਚ ਖੌਰੂ ਪਾਉਂਦਾ ਨਾ, ਐਵੇਂ ਦੀ ਬਿਰਤੀ ਮਿੱਟੀ 'ਚ ਖੌਰੂ ਪਾਉਂਦੀ ਹੈ, ਬਸ ਕੋਈ ਨਹੀਂ, ਖੁਰਾਂ ਨਾਲ ਖੋਤਰਦੀ ਮਿੱਟੀ ਸਾਰੀ। ਸਾਰੀ ਧਰਤੀ ਸਭ ਦੀ ਸਾਂਝੀ ਹੈ, ਸਭ ਨੂੰ ਇੱਥੇ ਹੱਕ ਹਕੂਕ ਹੋਣਾ ਚਾਹੀਦਾ, ਕਿਹਦੇ ਤੋਂ ਕੋਈ ਨਫ਼ਰਤ ਕਰੇ, ਕਿਹਦੇ ਨਾਲ ਕੋਈ ਵੱਧ ਜਾਂ ਘੱਟ ਸਨੇਹ ਕਰੇ ਇਸ ਰੂਪ ਦੇ ਵਿੱਚ। ਪਰ ਆਪਾਂ ਦੇਖੀਏ, ਨੋ ਡਾਊਟ ਜਿਹੜਾ ਪੰਜਾਬ ਜਿੱਥੇ ਅਸੀਂ ਪੈਦਾ ਹੋਏ, ਜੰਮੇ, ਪਲੇ, ਵੱਡੇ, ਸਾਰੇ ਉਸ ਰੂਪ ਦੇ ਵਿੱਚ, ਅਤੇ ਉਹ ਛੱਡ ਪਟ ਕੇ ਆ ਗਏ। ਮੈਂ ਦੇਖਿਆ ਲੋਕ ਇੱਥੇ ਆਪਣੇ ਬਰੋਟੇ ਹੀ ਯਾਦ ਕਰ ਕਰਕੇ ਰੋਈ ਜਾਂਦੇ ਨੇ, ਆਪਣੀਆਂ ਮੋਟਰਾਂ ਅਤੇ ਖੂਹੀਆਂ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀਆਂ। ਇਹ ਕੀ ਹੈ? ਇਹ ਐਕਚੁਅਲੀ ਇੱਕ ਮੋਹ ਦੀਆਂ ਤੰਦਾਂ ਨੇ, ਮਤਲਬ ਉਹ ਭਲਿਆ। ਹੁਣ ਤੈਨੂੰ ਲੱਗਦਾ ਵੀ ਮੈਂ ਉੱਥੇ 4 ਦਿਨ ਫਿਰ ਉੱਥੋਂ ਛੱਡ ਕੇ ਇੱਥੇ ਆ ਗਿਆ ਵਾਂ, ਅਤੇ ਉੱਥੇ 1 ਦਿਨ ਤੇ ਪਰਮਾਨੈਂਟ ਅੱਖਾਂ ਉੱਥੇ ਹੀ ਬੰਦ ਹੋ ਜਾਣੀਆਂ ਸੀਗੀਆਂ। ਇਸ ਲਈ ਕਾਸ ਲਈ ਪੰਕਜ ਮੋਹ ਪਗ ਨਹੀਂ ਚੱਲ ਹੈ, ਗਾਹ ਵਿੱਚ ਪੈਰ ਫਸੇ ਦਲਦਲ ਦੇ 'ਚ ਇੱਕ ਮਾੜਾ ਜਿਹਾ ਪੈਰ ਵੀ ਅੱਗੇ ਨਹੀਂ ਪੁੱਟਿਆ ਜਾਂਦਾ। ਹਮ ਦੇਖਾ ਤਹ ਡੂਬੀ ਅਲੇ,
ਬਾਬਾ ਜੀ ਕਹਿੰਦੇ ਮੈਂ ਦੇਖਿਆ ਆਪਣੀਆਂ ਅੱਖਾਂ ਨਾਲ, ਗਲ ਗਏ ਵਿੱਚ ਹੀ, ਗਰਕ ਗਏ, ਮਰ ਗਏ ਵਿੱਚ ਹੀ। ਕਿਉਂ? ਮਨ ਏਕ ਨਾ ਚੇਤਸ, ਵੀ ਮਨਾਂ ਤੂੰ ਇੱਕ ਨੂੰ ਚੇਤੇ ਹੀ ਨਹੀਂ ਕਰਦਾ। ਜੇ ਇੱਕ ਨੂੰ ਚੇਤੇ ਕਰੇਗਾ ਤਾਂ ਉਹ ਇੱਕ ਦਾ ਚੇਤਾ ਇਹ ਹੈ, ਇੱਕ ਤੋਂ ਆਏ ਆ ਇੱਕ 'ਚ ਆ ਜਾਣਾ ਹੈ। ਕਾਲ ਆ ਉਹਨੇ, ਕਾਲ ਜਿਹੀ ਸਭ ਕੁਝ ਬਣਾਇਆ ਆ। ਇਸ ਲਈ ਕਦੀ ਨਾ ਵਿਸਾਰ, ਜ਼ਿੰਦਗੀ ਥੋੜ੍ਹ ਚਿਰੀ ਏ, ਗੁਣਾਂ ਨਾਲ, ਸਨੇਹ ਨਾਲ, ਪਿਆਰ ਨਾਲ, ਖਲੂਸ ਨਾਲ, ਅਪਣਤ ਨਾਲ, ਮੁਹੱਬਤ ਨਾਲ, ਸਨੇਹ ਨਾਲ, ਸਾਂਝਾਂ ਨਾਲ, ਆਲੇ ਦੁਆਲੇ ਚੰਗਿਆਈਆਂ, ਵਡਿਆਈਆਂ, ਅੱਛਾਈਆਂ ਵੰਡਦਿਆਂ ਹੋਇਆਂ ਜੀਣਾ ਆ, ਇਹ ਬੰਦਗੀ ਹੈ ਐਜ਼ ਆਈ ਅੰਡਰਸਟੈਂਡ ਬਾਣੀ ਪੜ੍ਹਦਿਆਂ। ਜਿੱਥੇ ਇਹਦੇ 'ਚੋਂ ਟੁੱਟੇਗਾ, ਜ਼ਿੰਦਗੀ ਜ਼ਿੰਦਗੀ ਨਾ ਰਹੇਗੀ, ਸਜ਼ਾ ਬਣ ਜਾਏਗੀ। ਇਹੀ ਮਹਾਰਾਜ ਸਮਝਾ ਰਹੇ, ਹਰੀ ਨੂੰ ਵਿਸਾਰਨਾ ਇਸ ਸਾਰੇ ਨੂੰ ਵਿਸਾਰਨਾ ਆ ਬਸ, ਕਿਉਂਕਿ ਇਸ ਸਾਰੇ ਦਾ ਪੈਕੇਜ ਇਹ ਹੈ। ਬਾਬਾ ਜੀ ਕਹਿੰਦੇ ਪੈਕੇਜ ਹੀ ਫੜਦਾ ਰਾਮ ਦੇ ਨਾਮ ਦਾ। ਜਿਸ ਨੂੰ ਰਾਮ ਦਾ ਨਾਮ ਅਹਿਸਾਸ 'ਚ ਰਹੇਗਾ, ਮੇਰੇ ਵਰਗਾ ਅਦਨਾ ਮਨੁੱਖ ਆ ਕੇ ਕਹਿ ਸਕਦਾ ਵੀ ਗੁਰੂ ਬਾਬਾ ਜੀ ਆਪਣਾ ਰਾਮ ਆਪਣੇ ਕੋਲ ਰੱਖੋ, ਆਪਣੇ ਰੱਬ ਦਾ ਨਾਂ ਆਪਣੇ ਕੋਲ ਰੱਖੋ, ਆਈ ਐਮ ਨੋਟ ਸੀਕਰ ਆਫ ਰੱਬ ਜੀ ਦਾ ਨਾਮ ਐਟ ਆਲ, ਯੂ ਨੋ ਆਈ ਐਮ ਵੈਰੀ ਕਲੀਅਰ ਟੂਵਰਡ ਦੈਟ ਸਾਈਡ। What I am seeking, I am seeking only happiness, comfort, sukh, khushiyan, eh cheezan main labh rahiya, bas mainu te de de, baki naam vagaira tu apne kol rakh, I don't want it. Dekho simple cheez hai na, simple siddhi taur te guru baba ji sade mata pita, gurudev mata gurudev pita, te onu siddhe taur te maa baap nu gall kahi di hai ki tuhi apna sara kuch apne kol rakho, mainu te na bas aa jehdi cheez main ja keh rahiya eh de dio. Baba ji kehnde acha ਤੂੰ ਸੁੱਖ ਦਾ ਗਾਹਕ ਹੈ? ਹਾਂ ਮਹਾਰਾਜ। ਖੁਸ਼ੀ ਦਾ ਗਾਹਕ? ਹਾਂ ਮਹਾਰਾਜ। ਬਸ ਇਹ ਮੇਰੀ ਝੋਲੀ ਪਾ ਦਿਓ, ਬਾਕੀ ਸਾਰਾ ਕੁਛ ਆਪਣੇ ਕੋਲ ਰੱਖੋ। ਬਾਬਾ ਜੀ ਕਹਿੰਦੇ ਪਰ ਪੁੱਤ ਗੱਲ ਇਹ ਹੈ, ਜਿਹੜਾ ਤੂੰ ਸੁੱਖ ਮੰਗ ਰਿਹਾ, ਜਿਹੜੀ ਤੂੰ ਖੁਸ਼ੀ ਮੰਗ ਰਿਹਾ, ਜਿਸ ਝੋਲੇ 'ਚ ਤੈਨੂੰ ਪਾ ਕੇ ਦੇਣੀ, ਉਹ ਝੋਲਾ ਹੀ ਨਾਮ ਹੈ, ਉਹ ਤੇਰੇ ਹੱਥਾਂ 'ਚ ਨਹੀਂ ਆ ਸਕਦਾ। ਮੈਂ ਕਹਿੰਦਾ ਮੈਨੂੰ ਨਾ ਬਹੁਤ ਵਧੀਆ ਗਲੂਕੋਸ ਚਾਹੀਦਾ, ਉਹਦੇ 'ਚ ਵਿਟਾਮਿਨ ਸੀ ਹੋਏ, ਉਹਦੇ ਵਿੱਚ ਥੋੜ੍ਹਾ ਜਿਹਾ ਸਿਟਰਾਜਿਨ ਵੱਧ ਹੋਏ, ਇਹੋ ਜਿਹੀਆਂ ਚੀਜ਼ਾਂ ਹੋਣ। ਪਰ ਕੋਈ ਬੰਦਾ ਕਹੇ ਵੀ ਔਰੇਂਜ ਮੇਰੇ ਸਾਹਮਣੇ ਰੱਖੇ ਵੀ ਲੈ ਫੜਾ ਔਰੇਂਜ, ਮੈਂ ਕਹਿੰਦਾ ਨਹੀਂ 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 ਨਹੀਂ, ਮੈਨੂੰ ਇਹ ਨਹੀਂ ਚਾਹੀਦਾ, ਆਈ ਐਮ ਨੀਡ ਸਮ ਸੋਰਟ ਆਫ ਗੁੱਡ ਗਲੂਕੋਜ਼ ਵਿਦ ਸਮ ਸੋਰਟ ਆਫ ਯੂ ਕੈਨ ਸੇ ਵਿਦ ਗੁੱਡ ਜੂਸ ਐਂਡ ਵਿਦ ਵਿਟਾਮਿਨ ਸੀ ਐਂਡ ਆਲ ਦੈਟ। ਉਹ ਗਏ ਭਲਿਆ ਬਸ ਆਹੀ ਆ, ਕੁਦਰਤ ਨੇ ਇੱਕ ਇੱਕ ਪਲ ਵਿੱਚ ਉਹਨੂੰ ਐਂਡ ਪੈਕ ਕਰ ਕਰਕੇ ਰੱਖਿਆ, ਬਸ ਤੂੰ ਬਸ ਇਹਨੂੰ ਇਹਦਾ ਇਫ ਯੂ ਗੋਨਾ ਹੈਵ ਇਟ, ਤੈਨੂੰ ਲਈ ਜਾ, ਖਾਈ ਜਾ, ਇਹਦੇ ਵਿੱਚ ਹੀ ਸਾਰਾ ਕੁਛ ਪਿਆ ਹੈ। ਸਾਹਿਬ ਕਹਿੰਦੇ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾ ਹਨ ਕੋਈ। ਸੁੱਖ ਚਾਹੀਦਾ ਹੀ ਨਾ, ਆਰਾਮ ਹੀ, ਅਨਾਮ ਹੀ, ਇਹਨੂੰ ਪਕੜ। ਇਹਦੇ ਤੋਂ ਬਿਨਾਂ ਬੰਦਾ ਕਹਿੰਦਾ ਨਹੀਂ ਨਹੀਂ ਨਹੀਂ, ਮੇਰੀ ਜ਼ਿੰਦਗੀ ਬਿਲਕੁਲ ਐਨ ਫੈਂਟੈਸਟਿਕ, ਬੈਸਟ, ਵਧੀਆ ਹੋਣੀ ਚਾਹੀਦੀ ਹੈ। ਵੀ ਕਿਹਦੇ ਨਾਲ ਹੋਏਗੀ? ਅਕਲ ਨਾਲ। ਅਕਲ ਨਾ ਹੋਏਗੀ ਤੁਸੀਂ ਮਤਲਬ ਸਾਰਾ ਕੁਝ ਹੀ ਬਣਾ ਸਵਾਰ ਕੇ ਦੇ ਦਿਓ। ਕਹਿੰਦੇ ਨੇ ਅਕਲਾਂ ਬਾਜੋ ਖੂਹ ਖਾਲੀ, ਲੋਕਾਂ ਦੇ ਅਕਲ ਹੈ ਤੇ ਬੰਦਾ ਬੰਦਾ ਦੁੱਖ ਵਿੱਚੋਂ ਵੀ, ਤਕਲੀਫ ਵਿੱਚੋਂ ਵੀ, ਹਰ ਚੀਜ਼ 'ਚੋਂ ਸੁੱਖ ਲੱਭ ਲੈਂਦਾ। ਅਕਲ ਨਹੀਂ ਹੈ, ਤੁਸੀਂ ਸੁੱਖ ਦੇ ਹਾਲਤ ਵੀ ਬਣਾ ਕੇ ਦਿਓ, ਦੁੱਖ ਬਣਾ ਲੈਂਦਾ, ਇਹ ਰੂਪ ਆ। ਅੱਜ ਹੀ ਮੈਂ ਕੁਝ ਪੋਡਕਾਸਟ ਸੁਣ ਰਿਹਾ ਸੀਗਾ ਇੰਟਰਨੈਸ਼ਨਲ ਸਾਈਟ ਤੋਂ, ਅਤੇ ਉਹਦੇ 'ਚ ਨਜ਼ਰਿਆਬ ਹੋ ਰਿਹਾ ਸੀਗਾ ਕਿ ਜਿਵੇਂ ਸਕਰੀਨ ਆ,
ਸਕਰੀਨ ਸਾਨੂੰ ਪਲੈਜ਼ਰ ਦਿੰਦੀ ਹੈ, ਉਦੋਂ ਅਸੀਂ ਵੇਖਦੇ ਹਾਂ ਉਸ ਤਰੀਕੇ ਨਾਲ, ਪਰ ਸਟੱਡੀਜ਼ ਇਹ ਦੱਸ ਰਹੀਆਂ ਨੇ ਸਕਰੀਨ ਕਰਕੇ ਲੋਕ ਦੁਖੀ ਨੇ। ਉਹਨਾਂ ਦੇ ਨੋ ਡਾਊਟ ਉਹ ਬਹੁਤ ਤੇਜ਼ ਚਲਾਕ ਲੋਕ ਨੇ ਜਿਹੜੇ ਸਾਰਿਆਂ ਨੂੰ ਚਲਾਉਂਦੇ ਨੇ। ਹੁਣ ਤੁਸੀਂ ਦੇਖੋ ਸਟੱਡੀਜ਼ ਹੋਈਆਂ ਨੇ, ਇੱਕ ਦੋ ਚਾਰ ਨਹੀਂ ਹਜ਼ਾਰਾਂ ਹਜ਼ਾਰਾਂ ਲੋਕਾਂ ਦੇ ਉੱਤੇ ਜਿਹੜੀ ਰੀਲਸ ਚਲਾਉਂਦੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਸਟ ਫਾਰ ਫਿਊ ਸੈਕਿੰਡਸ, ਕਿਉਂਕਿ ਜਿੰਨਾ ਕੁ ਸਾਡੇ ਮਾਇੰਡ ਦਾ ਅਟੈਂਸ਼ਨ ਦਾ ਸਪੈਨ ਹੈਗਾ ਉਹਦੇ ਨਾਲ ਬਿਲਕੁਲ ਉਹਨੂੰ ਕਨੈਕਟ ਕਰ ਲੈਂਦੇ ਨੇ, ਉਸ ਸਪੈਨ ਦੇ ਨਾਲ ਉਹਦੇ ਨਾਲ ਕਨੈਕਟ ਕਰਕੇ ਬਸ ਜਿਵੇਂ ਉਹ ਸਪੈਨ ਖਤਮ ਹੋਣ ਲੱਗਦਾ ਨਾਲ ਰੀਲ ਖਤਮ ਹੋ ਜਾਂਦੀ ਹੈ, ਠੱਕ 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 ਫਟਾਫਟ ਉਹਦੇ ਨਾਲ ਬਦਲੀ ਤੁਰਿਆ ਲਗਾ ਜਾਂਦਾ। ਉਹਦੇ ਨਾਲ ਹੋ ਕੀ ਰਿਹਾ, ਬ੍ਰੇਨ 'ਚ ਕੈਮੀਕਲ ਨੂੰ ਡੋਪਾਮਾਈਨ ਕਹਿੰਦੇ ਨੇ, ਥੋੜ੍ਹੀ ਥੋੜ੍ਹੀ ਰਿਲੀਜ਼ ਹੋ ਜਾਂਦੀ ਹੈ ਨਾਲ ਦੇ ਨਾਲ। ਬੰਦਾ ਬੈਠਾ ਸੀਗਾ ਵੀ ਮੜ ਜਾ ਮੈਂ ਦੇਖ ਲਵਾਂ, ਉਦੋਂ ਹੀ ਪਤਾ ਲੱਗਾ ਦੋ ਘੰਟੇ ਲੰਘ ਗਏ, ਵਾਹ ਹੁਣ ਕੀ ਹੋਇਆ, ਗਿਲਟ ਪਛਤਾਵਾ, ਓ ਹੋ 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 ਦੋ ਘੰਟੇ ਗਵਾ ਤੇ। ਪਰ ਅਜੇ ਵੀ ਮਾਇੰਡ ਕਹਿੰਦਾ ਵੀ ਨਹੀਂ 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 ਬਹੁਤ ਵਧੀਆ ਲੱਗਾ ਰਹੋ ਲੱਗਾ ਰਹੋ, ਚਾਰ ਘੰਟੇ ਗਵਾਚ ਗਏ ਲੱਗਾ ਰਹੋ। ਅਡਿਕਸ਼ਨ ਆਈ ਸਕਰੀਨ 'ਤੇ ਖੁਸ਼ੀ ਦੇਣ ਵਾਸਤੇ ਸੀਗੀ, ਇਹ ਗਮ ਦੇ ਰਹੀ ਹੈ ਦੁੱਖ ਦੇ ਰਹੀ ਹੈ, ਅਤੇ ਇਸ ਤਰ੍ਹਾਂ ਦੇ ਰਹੀ ਹੈ ਵੀ ਖੁਸ਼ੀ ਹੁੰਦਿਆਂ ਵੀ ਗਮ ਹੋ ਰਿਹਾ, ਇਹ ਕੀ ਬਣਿਆ। ਇਹਦੇ ਪਿੱਛੇ ਇੱਕ ਹੋਰ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਇੱਕ ਹਾਇਰ ਥੋਟ ਕਹਿੰਦੇ ਹਾਂ, ਵਿਜ਼ਡਮ, ਅਕਲ। ਜੇ ਉਹ ਹੋਏ ਬੰਦਾ ਸਕਰੀਨ ਤੋਂ ਵੀ ਲਾਹਾ ਖੱਟ ਸਕਦਾ, ਉਹਦੇ ਤੋਂ ਵੀ ਪਲੈਜ਼ਰ ਲੈ ਸਕਦਾ, ਖੁਸ਼ੀ ਲੈ ਸਕਦਾ। ਉਹ ਨਾ ਹੋਏ ਖੁਸ਼ੀ ਦੇਣ ਵਾਲੀ ਚੀਜ਼ ਵੀ ਗਮ ਝੋਲੀ 'ਚ ਪਾ ਕੇ ਦੇ ਚਲੀ ਜਾਂਦੀ। ਇਸ ਲਈ ਜਿਹੜਾ ਨਾਮ ਆ ਉਹ ਅਕਲ ਦਾ ਸਿੰਬਲ ਆ, ਜਿਹੜਾ ਨਾਮ ਆ ਉਹ ਸੁੱਖ ਦਾ ਪ੍ਰਤੀਕ ਆ। ਬਾਬਾ ਜੀ ਇਹਦੀ ਗੱਲ ਕਰਦੇ ਕਹਿੰਦੇ ਵਸਾਰ ਨਾ, ਆਪਣੇ ਆਪੇ 'ਤੇ ਕੰਮ ਕਰ, ਆਪਣੇ ਆਪੇ ਨੂੰ ਵਾਰ ਵਾਰ ਸਿਮਰਨ ਲੈ ਕੇ ਆ। ਬਚਨ ਆਇਆ ਇਹਦੇ 'ਚ ਸਭ ਕਹਿੰਦੇ ਮਤ ਬਿਸਰਸ ਰੇ ਮਨ, ਮਤਾਂ ਵਿਸਰ ਜਾਏ ਮੇਰੇ ਮਨਾਂ, ਰਾਮ ਮਨ ਰਾਮ ਬੋਲ, ਹੇ ਮਨਾ ਤੂੰ ਰਾਮ ਦਾ ਨਾਮ ਬੋਲ, ਅਪਰੰਪਰ ਅਗਮ ਅਗੋਚਰ। ਕਿਸੇ ਨੂੰ ਦੋ ਚਾਰ ਆਵਾਜ਼ਾਂ ਮਾਰੀਏ ਅਤੇ ਉਹ ਥੋੜ੍ਹੀ ਦੂਰ ਬੈਠਾ ਸੁਣ ਲਵੇ ਅਤੇ ਆਵਾਜ਼ਾਂ ਸੁਣਨ ਤੋਂ ਬਾਅਦ ਆ ਜਾਂਦਾ, ਰਾਮ ਦਾ ਨਾਮ ਬੋਲਦਾ ਮੈਂ, ਰਾਮ 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 ਰਾਮ, ਅੱਲਾ 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 ਅੱਲਾ, ਵਾਹਿਗੁਰੂ 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 ਵਾਹਿਗੁਰੂ। ਰੈਸ਼ਨਲ ਸਾਈਡ ਤੋਂ ਕਹਿੰਦੇ ਆਉਂਦਾ ਤਾਂ ਨਹੀਂ ਗਾ, ਜਿਹਨੂੰ ਆਵਾਜ਼ਾਂ ਮਾਰ ਰਿਹਾ ਉਹਨੇ ਕਿਹੜਾ ਆ ਜਾਣਾ। ਹੁਣ ਇਸ ਚੀਜ਼ ਨੂੰ ਗੁਰੂ ਬਾਬਾ ਜੀ ਨੇ ਕਿਹਾ ਇਹ ਵੀ ਅਹਿਸਾਸ ਕਰ, ਚੀਜ਼ਾਂ ਤੂੰ ਕਿਸੇ ਹੋਰ ਨੂੰ ਸੁਣਾਉਣ ਵਾਸਤੇ ਨਹੀਂ ਬੋਲ ਰਿਹਾ, ਆਪਣੇ ਆਪ ਨੂੰ ਦੱਸਣ ਵਾਸਤੇ ਬੋਲ ਰਿਹਾ। ਕੁਛ ਚੀਜ਼ਾਂ ਆਪਣੇ ਆਪ ਨਾਲ ਕਮਿਟਮੈਂਟ ਕਰਨਾ ਹੁੰਦਾ ਆ, ਅਹਿਦਨਾਮਾ ਹੁੰਦਾ ਆ। ਆਪਾਂ ਇਸ ਤਰ੍ਹਾਂ ਜਾਣੀਏ ਕਿ ਜਿਵੇਂ ਸਪੋਜ਼ ਅੱਜ ਕੱਲ੍ਹ ਆਪ ਨਾ ADHD ਵਗੈਰਾ ਨਾਮ ਸੁਣਿਆ ਹੋਣਾ ਆਪਣੇ, ਬੜਾ ਮਤਲਬ ਹਰ ਦੂਜਾ ਤੀਜਾ ਬੰਦਾ ਹੀ ਵਿਚਾਰਾ ਇਹ ਕਹੀ ਜਾਂਦਾ ਮੈਂ ਵੀ ADHD ਹਾਂ ਮੈਂ ਵੀ ADHD ਹਾਂ, ਅਤੇ ਉਹ ਮੈਡੀਕਲ ਮਾਡਲ ਆ ਇੱਥੇ ਦਵਾਈਆਂ ਵਾਲਾ, ਉਹ ਮੋਹਰਾਂ ਠੋਕੀ ਤੁਰ ਲੱਗ ਜਾਂਦੇ ਠੱਕ ਠੱਕ ਠੱਕ, ਡਾਇਗਨੋਸ ਕਰਕੇ ਚਲੋ ਤੈਨੂੰ ਵੀ ਦਵਾਈ 'ਤੇ ਲਾ ਦਿਓ, ਇਹਨੂੰ ਵੀ ਦਵਾਈ 'ਤੇ ਲਾ ਦਿਓ, ਇਹਨੂੰ ਵੀ ਦਵਾਈ 'ਤੇ ਲਾ ਦਿਓ, ਕੀ ਕੀਤਾ ਜਾਏ। ਬੱਚਿਆਂ ਦੇ 'ਚ ਹਾਂ ਇਸ਼ੂਜ਼ ਵੱਧ ਰਹੇ ਨੇ, ਸਟੱਡੀਜ਼ ਇਹ ਦੱਸਦੀਆਂ ਨੇ ਕਿ ਸਪੋਜ਼ ਮਤਲਬ ਅਟੈਂਸ਼ਨ ਜਿਹੜੀ ਹੈ ਇਕਾਗਰਤਾ ਦਾ ਰੂਪ ਕਹਿ ਲਓ, ਕੰਸਨਟ੍ਰੇਸ਼ਨ ਦੇ ਕਦ ਸਦਕਾ ਅਟੈਂਸ਼ਨ ਆਉਂਦੀ ਹੈ, ਕਿਸੇ ਚੀਜ਼ ਨੂੰ ਤੁਸੀਂ ਅਟੈਂਡ ਕਰ ਪਾਉਂਦੇ ਹੋ। ਮੈਂ ਸਟੇਜ 'ਤੇ ਬੈਠਾ ਹਾਂ, ਸਾਲਾਂ ਦੀ ਪ੍ਰੈਕਟਿਸ ਆ,
ਗੁਰੂ ਬਾਬਾ ਜੀ ਦਾ ਪ੍ਰਤਾਪ ਆ, ਕਿਤਾਬਾਂ, ਲਿਟਰੇਚਰ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਜੀਵਨ ਬਤੀਤ ਕੀਤਾ। ਸੋ ਮੇਰੀ ਆਪਣੇ ਸਬਜੈਕਟ 'ਤੇ ਪਕੜ ਹੋਣੀ ਚਾਹੀਦੀ ਹੈ। ਵਾਈਲ ਆਮ ਐਡਰੈਸਿੰਗ ਕੋਂਗਰੀਗੇਸ਼ਨ ਆਈ ਸ਼ੁੱਡ ਹੈਵ ਫੁੱਲ ਕੋਨਫੀਡੈਂਸ। ਹੋਏ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਤੁਰਨ ਲੱਗ ਜਾਏ, ਹੁੰਦਾ ਅਟੈਂਸ਼ਨ ਡਿਵਾਈਡ ਹੋ ਜਾਂਦੀ ਇੰਨੇ 'ਚ। ਸਪੋਜ਼ ਇਹ ਵੀ ਨਾ ਹੋਏ, ਮੈਂ ਪਿੱਛੋਂ ਆਇਆ ਵਾਂ, ਆਉਂਦਿਆਂ ਹੋਇਆਂ ਕੋਈ ਇਹੋ ਜਿਹੀ ਚੀਜ਼ ਭੁੱਲ ਗਿਆ ਜਿਹੜੀ ਬੜੀ ਜ਼ਰੂਰੀ ਸੀ ਕਰਨ ਵਾਲੀ, ਸਟੇਜ 'ਤੇ ਆ ਕੇ ਬੈਠ ਗਿਆ, ਆਪਣੇ ਆਪ ਨੂੰ ਫੋਕਸ ਕਰ ਰਿਹਾ ਸ਼ਬਦ ਦੇ ਉੱਤੇ, ਉਹ ਪਿੱਛੋਂ ਫਿਰ ਯਾਦ ਆਉਂਦੀ ਵੀ ਉਹ ਪਿੱਛੇ ਰਹਿ ਗਈ, ਇਸ ਤਰੀਕੇ ਨਾਲ ਬੈਕ ਐਂਡ ਫੋਰਥ ਹੋਏਗਾ ਕਿ ਅਟੈਂਸ਼ਨ ਡਿਵਾਈਡ ਹੋ ਜਾਏਗੀ। ਆਪ ਦੇਖੋਗੇ, ਜੇ ਹੁਣ ਮੈਂ ਸਕਰੀਨ ਦੀ ਗੱਲ ਕੀਤੀ, ਅੱਜ ਕੱਲ੍ਹ ਜਿਹੋ ਜਿਹਾ ਮਤਲਬ ਗੈਜਟਸ ਸਾਰੇ ਦੇ ਸਾਰੇ ਆ, ਜਿਹੜੇ ਡਿਵਾਈਸਿਸ ਵਗੈਰਾ ਪਏ ਨੇ, ਬੱਚੇ ਤਾਂ ਵਿਚਾਰੇ ਗੁਆਚ ਗਏ ਨੇ। ਉਹ ਤਾਂ ਜਿਹੜਾ ਰਾਤ ਦਾ ਕਾਰਟੂਨ ਸ਼ੋਅ ਦੇਖਿਆ ਸੀਗਾ ਜੀ, ਉਹ ਦਿਮਾਗ 'ਚ ਚੱਲ ਰਿਹਾ ਸੀ, ਸਵੇਰੇ ਉੱਠ ਕੇ ਦੂਜਾ ਚੱਲ ਗਿਆ। ਸਕੂਲ ਤੋਂ ਘਰ ਤੋਂ ਸਕੂਲ ਜਾਂਦਿਆਂ ਤੱਕ ਉੱਥੇ ਵੀ ਜਿਹੜਾ ਇੱਕ ਸਕਰੀਨ ਲੱਗੀ ਹੈ, ਕਾਰ ਦੇ ਵਿੱਚ ਵੀ ਉੱਥੇ ਕੁਛ ਹੋਰ ਨਵੀਂ ਚੀਜ਼ ਚੱਲ ਗਈ, ਉਹ ਇੱਕ ਉਹਦੀ ਤਾਂ ਇਤਨੀ ਜ਼ਿਆਦਾ ਬੈਕ ਐਂਡ ਫੋਰਥ ਆ। ਅਤੇ ਸਕੂਲ ਦੇ ਜਾ ਕਲਾਸ 'ਚ ਬੈਂਡਿਆਂ ਨਾਲ ਟੀਚਰ ਕਹਿੰਦੀ ਵੀ ਨਾਓ ਗਿਵ ਮੀ 100% ਅਟੈਂਸ਼ਨ ਬਿਕੋਜ਼ ਆਈ ਵਾਂਟ ਟੂ ਟੀਚ ਯੂ ਸਮਥਿੰਗ, ਕਿੱਡਾ ਬੋਰਿੰਗ ਚੀਜ਼ ਟੀਚਰ ਕਰਨ ਲੱਗੀ ਹੈ। ਹੁਣ ਉਹਨੂੰ ਬ੍ਰੇਨ ਕਹਿੰਦਾ ਵੀ ਇਹ ਕੀ ਅਟੈਂਡ ਕਰਨ ਵਾਲੀ ਚੀਜ਼ ਆ, ਅਜੇ ਤਾਂ ਰਾਤ ਵਾਲਾ ਪ੍ਰੋਸੈਸ ਨਹੀਂ ਹੋਇਆ ਪੂਰੀ ਤਰ੍ਹਾਂ, ਅਜੇ ਤਾਂ ਸਵੇਰ ਵਾਲਾ, ਅਜੇ ਗੱਡੀ ਵਾਲਾ ਪ੍ਰੋਸੈਸ ਨਹੀਂ ਹੋਇਆ। ਉਹ ਟੀਚਰ ਕਹਿੰਦੀ ਵੀ ਯੂ ਆਰ ਨੋਟ ਪੇਇੰਗ ਅਟੈਂਸ਼ਨ ਟੂਵਰਡ ਮੀ, ਉਹ ਕਹਿੰਦਾ ਤੂੰ ਛੱਡ ਪਰਾਂ ਮੈਂ ਆਪ ਅੰਦਰ ਲੈ। ਪਹਿਲਾਂ ਉਹਨੂੰ ਤਾਂ ਸਮਝ ਲਵਾਂ, 2-4 ਦਿਨ ਐਵੇਂ ਹੁੰਦਾ ਟੀਚਰ ਪੇਰੈਂਟ ਨੂੰ ਬੁਲਾ ਕੇ ਕਹਿੰਦੀ ਵੀ ਯੂ ਨੋ ਹੀ ਇਜ਼ ਨੋਟ ਅਟੈਂਡਿੰਗ ਮੀ ਪ੍ਰੋਪਰਲੀ, ਸੋ ਟੇਕ ਹਿਮ ਔਰ ਹਰ ਟੂ ਡਾਕਟਰ। ਡਾਕਟਰ ਵੇਟ ਹੀ ਕਰ ਰਿਹਾ ਹੁੰਦਾ, ਕਹਿੰਦੇ ਲਿਆਓ ਲਿਆਓ। ਉਹ ਟੈਸਟ ਕੀਤਾ, ਕਹਿੰਦੇ ਬਸ ਜੀ ADHD ਹੈ, ਡਨ। ਇੰਨੀ ਕੁ ਦੇਰ ਲੱਗਦੀ ਸਾਰੀ, ਅਸਲ 'ਚ ਬਾਤ ਕੀ ਹੁੰਦੀ? ਉਹ ਕਹਿੰਦੇ ਗੱਲ ਇੰਨੀ ਕੁ ਆ ਕਿ ਜਿਸ ਬੱਚੇ ਨਾਲ ਗੱਲ ਕੀਤੀ ਜਾ ਰਹੀ ਆ ਉਸਨੂੰ ਗੱਲ ਦੱਸ ਕੇ ਦੁਬਾਰਾ ਉਹਨੂੰ ਪੁੱਛ ਲਵੋ ਵੀ ਮੈਂ ਤੈਨੂੰ ਕੀ ਕਿਹਾ ਪੁੱਤ, ਹੋਇਆ ਵਟ, ਆਰ ਯੂ ਟਾਕਿੰਗ ਟੂ ਮੀ। ਤੁਹਾਨੂੰ ਪਤਾ ਲੱਗ ਗਿਆ ਵੀ ਉਹ ਅਜੇ ਇੱਥੇ ਹੈ ਨਹੀਂ ਸੀਗਾ, ਹੁਣ ਇਹ ਵਾਪਸ ਆਇਆ, ਹੁਣ ਗੱਲ ਕਰਦਾ। ਉਹ ਕਿ ਪੁੱਤ ਪਲੀਜ਼ ਸਟੇ ਵਿਦ ਮੀ, ਲੈਟ ਮੀ ਟੈਲ ਯੂ ਵਨ ਮੋਰ ਟਾਈਮ, ਮੈਂ ਤੈਨੂੰ ਆਹ ਗੱਲ ਦੱਸ ਰਿਹਾ, ਮੇਰੇ ਪਿੱਛੇ ਦੁਹਰਾਈ। ਉਹ ਕਹਿੰਦਾ ਓਕੇ ਟੀਚਰ ਜਾਂ ਡੈਡ ਜਾਂ ਮੋਮ ਯੂ ਆਰ ਟੈਲਿੰਗ ਮੀ ਦਿਸ ਦਿਸ ਦਿਸ, ਓ ਯਾ ਆਈ ਗੋਟ ਇਟ। 3-4 ਹੀ ਦੁਹਰਾ ਲਿਆ, ਠੀਕ ਹੈ, ਗੱਲ ਹੋ ਗਈ। 10 ਮਿੰਟ ਬਾਅਦ ਫਿਰ ਪੁੱਛਿਆ ਵੀ ਮੈਂ ਤੈਨੂੰ ਕੁਝ ਦੱਸਿਆ ਸੀਗਾ ਯਾਦ ਹੈ ਤੈਨੂੰ? ਓ ਯਾ ਆਈ ਨੋ ਦੈਟ। ਉਹ ਇੱਕ ਦੋ ਉਹਦੇ 'ਚੋਂ 5 'ਚੋਂ 3 ਫਿਰ ਦੱਸਦੀਆਂ, 2 ਭੁੱਲ ਗਿਆ। ਓਕੇ ਦੁਬਾਰਾ ਫਿਰ ਦੱਸ ਦਿੰਦਾ ਵਾ। ਇਹ ਕੀ ਹੈ? ਇਹ ਸਿਮਰਨ ਹੈ। ਇਹੀ ਬੈਕ ਐਂਡ ਫੋਰਥ ਕਰਕੇ ਚੀਜ਼ਾਂ ਸਾਡੀ ਸੁਰਤ 'ਚ ਆ ਕੇ ਬੈਠਦੀਆਂ। ਸਾਨੂੰ ਸੰਸਾਰ ਵੀ ਐਵੇਂ ਸਮਝ ਆਉਂਦਾ, ਨਿਰੰਕਾਰ ਵੀ ਐਵੇਂ ਸਮਝ ਆਉਂਦਾ, ਕਿਉਂਕਿ ਹੋਇਆ ਇਹ ਜਿਹਨਾਂ ਨੂੰ ਅਸੀਂ ਅੱਜ ਐਥਿਕਸ ਕਹਿ ਰਹੇ ਹਾਂ, ਪ੍ਰਿੰਸੀਪਲਸ ਆਫ ਲਾਈਫ ਕਹਿ ਰਹੇ ਹਾਂ, ਜਿਹੜੇ ਨੂੰ ਅਸੀਂ ਭਾਵੇਂ ਮੈਨਰਸ ਕਹਿ ਰਹੇ ਹਾਂ, ਐਟੀਕੇਟਸ, ਵਟ ਐਵਰ ਯੂ ਨੇਮ ਇਟ, ਇਫ ਵੀ ਆਰ ਕੀਪ ਔਨ ਐਕਚੁਲੀ ਯੂ ਕੈਨ ਸੇ ਰਿਪੀਟਿੰਗ ਇਨ ਆਵਰ ਹਾਊਸ ਹੋਲਡ, ਇਨ ਆਵਰ ਕਲੋਜ਼ ਇਨਵਾਇਰਮੈਂਟਸ, ਡੈਫੀਨੇਟਲੀ ਪੀਪਲ ਕੈਨ ਲਰਨ, ਪੀਪਲ ਕੈਨ ਐਕਚੁਲੀ ਐਕਸਰਸਾਈਜ਼ ਇਟ। ਇਫ ਵੀ ਗੋਨਾ ਫੋਰਗੈਟ ਇਟ ਔਰ ਵੀ ਕੈਨ ਐਕਚੁਲੀ ਪੁੱਟ ਇਨ ਹੋਲਡ, ਇਟਸ ਓਕੇ, ਇਟਸ ਗੋਨਾ ਹੈਪਨ, ਇਟਸ ਨੋਟ ਗੋਨਾ ਹੈਪਨ, ਐਂਡ ਦੈਟ ਇਜ਼ ਦ ਮੇਨ ਇਸ਼ੂ। ਐਂਡ ਸੇਮ ਥਿੰਗ ਵਿਦ ਦ ਸਿਮਰਨ ਸਾਈਡ, ਸੰਗਤ, ਹੋਰ ਸੰਗਤ ਦਾ ਕੀ ਹੈ? ਸਵੇਰੇ ਕੀਤੀ, ਸ਼ਾਮ ਕੀਤੀ, ਸਵੇਰੇ ਕੀਤੀ, ਸ਼ਾਮ ਕੀਤੀ, ਬੈਕ ਐਂਡ ਫੋਰਥ ਰੈਪੀਟੀਸ਼ਨ ਹੈ, ਮਨ ਨੂੰ ਪਕੜ 'ਚ ਆ ਜਾਏ। ਅਪਰੰਪਰ ਹੈ ਤਾਂ ਬੜੀ ਦੂਰ, ਮੇਰਾ ਆਪਣਾ ਹੀ ਅਸਲਾ, ਮੇਰਾ ਆਪਣਾ ਵਜੂਦ,
ਮਨੁੱਖ ਤੋਂ ਮਤਲਬ ਕੀ ਹੈ? ਮਨੁੱਖ ਤੋਂ ਮਤਲਬ ਹੈ ਪੇਸ਼ੈਂਸ, ਵਾਈਜ ਵਿਜ਼ਡਮ ਉਹਦੇ ਕੋਲ ਹੋਏਗੀ, ਹੈਵ ਅ ਲੋਟ ਆਫ ਕਰੇਜ, ਫੁੱਲੀ ਕੰਟੈਂਟ। ਬੰਦੇ 'ਚ ਕੁਛ ਵੀ ਨਹੀਂਗਾ, ਬੰਦਾ ਇੰਪੇਸ਼ੈਂਟ ਹੈ, ਜਾਨਵਰ ਤੋਂ ਵੀ ਕਿਤੇ ਇੰਪੇਸ਼ੈਂਟ ਹੈ। ਲੋਕ ਤਰਜੀਹ ਦੇ ਰਹੇ ਨੇ ਵੀ ਘਰ 'ਚ ਪੈਟ ਪਾਲ ਲਵਾਂਗੇ, ਨਿਆਣੇ ਦੀ ਲੋੜ ਨਹੀਂ ਹੈ। ਵਾਏ, ਨਿਆਣੇ ਇੰਨੇ ਇੰਪੇਸ਼ੈਂਟ ਨੇ, ਤੰਗ ਕਰਦੇ ਨੇ। ਪੈਟ ਏਡਾ ਵਧੀਆ ਆ, ਇੱਕ ਵਾਰੀ ਫੀਡ ਕਰੇ ਤਾਂ 2 ਘੰਟੇ ਆਰਾਮ ਨਾਲ ਬੈਠਾ ਰਹਿੰਦਾ, ਡਨ। ਬੰਦੇ ਕੋਲ ਤਾਂ ਜ਼ਿਆਦਾ ਪੇਸ਼ੈਂਸ ਹੋਣਾ ਚਾਹੀਦਾ, ਨਹੀਂ ਹੈ। ਕਿਉਂ? ਕਿਉਂਕਿ ਇਹਦੀ ਐਕਸਰਸਾਈਜ਼ ਨਹੀਂ ਹੋਈ। ਅਪਰੰਪਰ ਬੜੀ ਦੂਰ ਲੱਗਦਾ ਆ। ਬਾਬਾ ਜੀ ਕਹਿੰਦੇ ਹੈ ਅਪਰੰਪਰ, ਇਹੀ ਰੱਬ ਆ, ਇਹੀ ਰੱਬੀ ਗੁਣ ਨੇ। ਬਚਨ ਆ ਰਿਹਾ, ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁਲ ਤੋਲ। ਅਤੁਲ ਤੋਲ, ਤੁਲਾ ਦੇਣਾ ਕਿਸੇ ਚੀਜ਼ ਨੂੰ, ਤੁਲਾ ਦੇ ਤੱਕੜੀ 'ਚ ਪਾ ਕੇ। ਬਾਜ਼ਾਰ 'ਚੋਂ ਕੋਈ ਵੀ ਸਮਾਨ ਲੈ ਕੇ ਆਉਂਦੇ ਨਾ, ਤੱਕੜੀ 'ਚ ਤੋਲ ਕੇ ਦਿੰਦੇ ਨੇ ਇਸ ਰੂਪ ਦੇ 'ਚ, ਤਾਂ ਕਿਉਂਕਿ ਉਹਨੂੰ ਫਿਰ ਪ੍ਰਾਈਜ਼ ਤੈਅ ਹੋ ਜਾਂਦੀ, ਤੁਸੀਂ ਖਰੀਦ ਸਕਦੇ ਹੋ ਉਸਨੂੰ, ਤੁਸੀਂ ਲੈ ਸਕਦੇ ਹੋ। ਯੂ ਕੈਨ ਅਰਨ ਇਟ, ਯੂ ਕੈਨ ਅਟੇਨ ਇਟ, ਯੂ ਕੈਨ ਬਾਏ ਇਟ। ਬਾਬਾ ਜੀ ਕਹਿੰਦੇ ਯੂ ਕੈਨ ਬਾਏ ਇਟ ਦਿਸ ਵਨ ਟੂ। ਔਰ ਉਹ ਬਾਏ ਕਰਨ ਦਾ ਢੰਗ ਆਹੀ ਜਿਹੜਾ ਗੁਰੂ ਨਾਨਕ ਮਹਾਰਾਜ ਇਸ ਮੈਥਡ ਦੱਸ ਰਹੇ ਨੇ। ਰੈਸਟ ਆਫ ਸ਼ਬਦ ਦੀ ਸਾਰੀ ਵਿਆਖਿਆ ਕਰਦਾ, ਜਿਹਦੀ ਵਿਵੇਚਨਾ ਆਉਂਦੇ ਸਮੇਂ 'ਚ ਕਰਾਂਗੇ, ਅੱਜ ਵਾਸਤੇ ਕਿਉਂਕਿ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਿਤਾਰਨੀ ਆ। ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।